ਕਬੂਤਰੀ ਦਾ ਬਾਪ ਚੱਕ ਬਦਲ ਆਇਆ ਸੀਗਾ, ਬੁੱਢਾ ਕਬੂਤਰ ਮਰ ਗਿਆ ਆਪਣੇ ਕੋਲ ਤੇ ਆਹ ਪਿਓਰ ਹਜ਼ਾਰ ਵਾਲਾ ਕਬੂਤਰ। ਇਹ ਭਾਈ ਸਾਹਿਬ ਭੁੱਚੋ ਵਾਲੇ ਉਹਨਾਂ ਦੇ ਘਰੋਂ ਆਈ ਵੀ। ਆਓ ਜੀ ਥੋੜ੍ਹਾ ਜਿਹਾ ਹੁਣ ਚਾਨਣਾ ਜਿਹੜਾ ਇਸ ਇੱਕ ਨੰਬਰ ਖੁੱਡੇ 'ਤੇ ਕਬੂਤਰਾਂ ਦੇ। ਇਹ ਬਾਈ ਜੀ ਆਪਣਾ ਮੇਨ ਜੋੜਾ, ਆਪਣਾ ਸਭ ਤੋਂ ਪਹਿਲਾਂ ਪਿਓਰ ਹਜ਼ਾਰ ਵਾਲਾ ਕਬੂਤਰ ਚਿੱਟੀਆਂ ਅੱਖਾਂ ਦਾ, ਇਹਦੇ ਨਾਲ ਮਦੀਨ ਲੱਗੀ ਹੈ ਜੀ ਪਿਓਰ ਪੁੰਨੂ ਵਾਲੀ ਖੱਟੀਆਂ ਅੱਖਾਂ ਦੀ। ਬਹੁਤ ਚੰਗੇ ਬੱਚੇ ਉੱਡਦੇ ਆ ਇਸ ਜੋੜੀ ਦੇ। ਹਾਂਜੀ ਦੂਜਾ ਹੁਣ ਆਪਾਂ ਖੁੱਡਾ ਵੀਰ ਦਾ ਵੇਖਦੇ, ਇਹਦੇ 'ਚ ਕਿਹੜੀ ਨਸਲ ਹੈ ਜਿਹੜੀ ਤੁਸੀਂ ਛੱਡੀ ਹੋਈ ਹੈ ਵੀਰ? ਇਹਦੇ 'ਚ ਜੀ ਪਿਓਰ ਕਾਕੇ ਵਾਲੇ ਕਬੂਤਰ ਮਸ਼ਹੂਰ ਹੋਏ ਸੀ ਜਿਹੜੇ। ਕਾਕਾ ਨਵਾਂ ਕਿਲਾ? ਨਵਾਂ ਕਿਲਾ ਜੀ। ਅਤੇ ਮੇਰੇ ਉਸਤਾਦ ਜੀ ਤੋਂ ਆਏ ਹੋਏ ਆ, ਸਰਦਾਰ ਜਗਨੰਦਨ ਬੜੇਗਾ ਤੋਂ। ਕਬੂਤਰੀ ਰੋਬਨ ਬਾਈ ਨੇ ਦਿੱਤੀ ਹੈ, ਸਾਧੂ ਵਾਲੇ ਨੇ ਜੀ। ਅਤੇ ਕਬੂਤਰ ਉਸਤਾਦ ਜੀ ਤੋਂ ਮੈਂ ਬੱਚਾ ਲਿਆਇਆ ਸੀਗਾ, ਉਹ ਨਰ ਬਣ ਗਿਆ ਜੀ। ਇਸ ਜੋੜੇ ਦੀ ਪੱਠੀ ਐਤਕੀ ਜੀ ਇੱਥੇ ਜੋਗੇ ਵਾਲੇ ਪਿੰਡ ਜੀ, ਮੈਂ ਬੰਦੇ ਭੇਜਤੇ ਬਾਜੀ ਛੱਡਣ ਜੀ, ਉਹਨਾਂ ਨੇ ਬਿਨਾਂ ਪਾਣੀ ਦਿੱਤੇ ਹੀ ਕੱਢਤੀ ਪਿੰਜਰੇ 'ਚੋਂ ਜੀ। ਅਤੇ ਤਿੰਨਾਂ ਥੱਲੇ ਸ਼ਾਮ ਨੂੰ 5:30 ਵਜੇ ਹੈ, ਬਹੁਤ ਜ਼ਿਆਦਾ ਉੱਡੀ। ਇਹ ਆਪ ਵੀ ਬਹੁਤ ਉੱਡਦਾ ਸੀਗਾ, ਮੰਨ ਲਓ ਇਹ ਪਿਓਰ ਕਰਕੇ ਜੋੜਾ ਲਾਇਆ ਜੀ। ਆਓ ਜੀ। ਇਹ ਕਬੂਤਰ ਦਾ ਬਾਪ ਜੀ ਪੀਰਕੋਟ ਛੱਡਿਆ ਸੀਗਾ ਮੇਰੇ ਉਸਤਾਦ ਜੀ ਨੇ ਜੀ, ਬਹੁਤ ਚੰਗਾ ਉੱਡਿਆ ਸੀਗਾ। ਇਹ ਉਹਦਾ ਪੱਠਾ ਜੀ, ਮੈਨੂੰ ਗਿਫਟ ਦਿੱਤਾ ਸੀਗਾ। ਅਤੇ ਕਬੂਤਰੀ ਬਾਈ ਰੋਬਨ ਨੇ ਦਿੱਤੀ ਹੈ ਜੀ ਡੱਬੀ ਜੀ, ਅਤੇ ਬੜਾ ਤਾਅ ਬੈਠਾ ਇਸ ਜੋੜੀ ਦਾ, ਬਹੁਤ ਚੰਗੇ ਬੱਚੇ ਉੱਡ ਗਏ ਹੈ ਬਾਈ ਜੀ। ਨਵਾਂ ਕਿਲਾ, ਨਵਾਂ ਕਿਲਾ ਕਾਕੇ ਵਾਲੇ ਜੀ, ਬਹੁਤ ਖੂਬਸੂਰਤ ਹੈ ਜੀ। ਅਤੇ ਜਿਹੜੀਆਂ ਜੋੜੀਆਂ ਇਹ ਬੱਚਿਆਂ ਵਾਸਤੇ ਛੱਡੀਆਂ ਵੀਰ ਨੇ ਅਲੱਗ ਅਲੱਗ, ਇੱਦੂ ਪਹਿਲਾਂ ਇਹਨਾਂ ਦੇ ਬੱਚੇ ਕਰੀ ਅਸੀਂ ਲੈ ਲਏ ਆ, ਹੁਣ ਦੂਸਰੀ ਵਾਰੀ ਇਹਨਾਂ ਨੇ ਆਂਡੇ ਲਾ ਰੱਖੇ ਸਾਰੀਆਂ ਜੋੜੀਆਂ ਜੀ। ਹਾਂਜੀ ਹੁਣ ਅਸੀਂ ਪਹੁੰਚੇ ਹਾਂ ਖੁੱਡਾ ਨੰਬਰ 3, ਇਹਦੇ ਵਿੱਚ ਕਿਹੜੀ ਨਸਲ ਹੈ ਜੀ? ਇਹਦੇ ਵਿੱਚ ਜੀ ਮੀਰਾਬਾਂ ਦਾ ਪਿਓਰ ਕਬੂਤਰ ਹੈ ਜੀ ਜੀ, ਅਤੇ ਨਾਲ ਮੀਰਾਬਾਂ ਦੀ ਵੀ ਮਦੀਨ ਲੱਗੀ ਹੈ ਜੀ, ਖੱਟੀ ਕਾਲੀ ਦੀ ਬਰੜੀ ਪਿਓਰ ਮੀਰਾ ਪਿਓਰ ਜੋੜਾ। ਇਹ ਜੋੜਾ ਕਿਹਨਾਂ ਦੇ ਘਰੋਂ ਆਇਆ? ਇਹ ਜੀ ਕਬੂਤਰ ਦਾ ਜੋਨੀ ਬਾਈ ਤੋਂ ਆਇਆ ਸੀਗਾ ਜੀ। ਕਬੂਤਰੀ ਆਪਣੇ ਕੋਲ ਇੱਕ ਪੁਰਾਣਾ ਕਬੂਤਰ ਜੋਨੀ ਬਾਈ ਨੇ ਆਪਾਂ ਨੂੰ ਦਿੱਤਾ ਸੀ, ਉਹਦੀ ਪੱਠੀ ਜੋਨੀ ਬਾਈ ਵੀ ਆਈ। ਜੋਨੀ ਬਾਈ ਆਈ, ਤੇਰਾ ਤੇਰਾ ਥੋੜ੍ਹਾ ਜਿਹਾ ਜ਼ਿਕਰ ਛਿੜਿਆ ਆਪਣੇ ਜਿਹੜੇ ਕਿ ਤੇਰੇ ਘਰੋਂ ਆਏ ਆ ਕਬੂਤਰ ਇਹ। ਇਹ ਵੀਰ ਬਹੁਤ ਵਧੀਆ, ਆਪਣਾ ਸੁਭਾਅ ਬਹੁਤ ਵਧੀਆ ਵੀਰ ਦਾ, ਰਿਸ਼ਤੇਦਾਰ ਆਪਣਾ ਹਾਸੀ ਮਜ਼ਾਕ ਕਰ ਲੈਂਦੇ ਆ ਸਾਰੇ ਵੀਰ, ਅਤੇ ਆਪਾਂ ਵੀ ਕਰ ਲੈਂਦੇ ਹਾਂ। ਅਤੇ ਆਹ ਵੀਰ ਆ ਵਾਕਈ ਆਪਣੇ ਘਰੋਂ ਆਏ ਹੋਏ ਆ, ਇਹੀ ਨੇ ਦੇਖ ਲਓ ਬਦਲ ਬਦਲ ਤਾਂ ਦਿੱਤੇ ਉਹੀ ਆ ਗੁਟਕੇ ਦਿੱਤੀ ਆ। ਹਾਂਜੀ ਠੀਕ ਹੈ ਠੀਕ, ਆਓ ਜੀ ਦਿਖਾਓ ਮਾੜੇ ਜਿਹੇ ਹੁਣ ਇਹ ਵੀ ਕਬੂਤਰ। ਹਾਂਜੀ ਇਹ ਮੀਰਾਬ ਜੋੜਾ ਜੀ ਪਿਓਰ ਖੱਟੀ ਕਾਲੀ ਦੀ ਮਦੀਨ ਆ ਇਹ, ਅਤੇ ਨਾਲੇ ਦਰਾਂਡੇ 'ਤੇ ਬੈਠਾ ਨਾਲ ਹੀ। ਇਹ ਨਾਰਾ ਜੀ ਨਾਲ ਪਿਓਰ ਮੀਰਾਬ। ਦੋਵੇਂ ਨਰ ਮਦੀਨ ਮੇਰੇ ਉਸਤਾਦ ਜੀ ਤੋਂ ਆਏ ਹੋਏ ਆ ਵੜਿੰਗਾਂ ਤੋਂ, ਤੇ ਬੱਚੇ ਕੱਢਿਆ ਤੁਹਾਨੂੰ ਦਿਖਾਉਣਾ ਮੈਂ, ਬੜੇ ਖੂਬਸੂਰਤ ਜੋੜੀ ਨੇ। ਕਾਠੀ ਦਾ ਵੀਰੋ ਜਿਹੜਾ ਜ਼ਿਕਰ ਕੀਤਾ ਨਾ ਅਸੀਂ, ਆਹ ਦੇਖੋ ਤੁਸੀਂ ਵੀ ਇਹ ਜਿਵੇਂ ਉੱਪਰ ਆ ਜਿਹੜਾ ਆਹ ਚੀਜ਼ ਕਾਲੀ ਕੱਢਦੇ ਆ, ਇਹਨੂੰ ਕਾਠੀ ਕਹਿ ਦਿੰਦੇ। ਟਾਲੀ ਵਾਲੇ ਉੱਡੀ ਸੀ ਜੀ ਇੱਕ ਸਾਲ, ਬਾਹਲੀ ਜ਼ਿਆਦਾ ਗਰਮੀ ਸੀ ਉਹ, ਮੰਨ ਲਓ ਇਸ ਬ੍ਰੀਡ ਦੀ ਉੱਡੀ ਸੀ ਉਸਤਾਦ ਜੀ ਦੀ ਜੀ ਜੀ ਜੀ। ਆਓ ਜੀ ਦਿਖਾਓ ਇਹ ਵੀ, ਇਹ ਮਦੀਨ ਹੈ ਜੀ ਪਿਓਰ ਟੈਲੇ ਵਾਲੀ ਚਿੱਟੀਆਂ ਅੱਖਾਂ ਦੀ, ਇੱਕ ਅੱਖੋਂ ਕਾਣੀ ਹੈ ਜਿਹਦੇ 7 ਵੱਜ ਗਈ ਸੀ, ਉਹ ਕਬੂਤਰ ਇਹਦੇ ਨਾਲ ਖੱਟੀਆਂ ਅੱਖਾਂ ਦਾ। ਇਹਨਾਂ ਦੀ ਇਹੀ ਨਿਸ਼ਾਨੀ ਹੈ ਜੀ, ਜਵਾੜੀ ਕਾਲੀ ਕੱਢਦੇ ਆ ਥੱਲੋਂ, ਜਵਾੜੀ ਜ਼ਰੂਰ ਕਾਲੀ ਹੋਊ ਇਹਨਾਂ ਦੀ। ਆਹ ਨਾਰਾ ਜੀ ਖੱਟੀਆਂ ਦਾ, ਇਹਦੀ ਵੀ ਬਰਾਸ ਜੀ ਕਾਲੀ ਹੈ ਥੱਲੋਂ, ਇਹ ਰੰਗ ਹਰੇਕੀ। ਲਓ ਜੀ 5 ਨੰਬਰ ਪਾਓ ਜੀ ਚਾਨਣਾ, ਇਹ 'ਚ ਕਿਹੜੇ ਜੋੜੇ ਆ?
ਇਹ ਜੀ ਕਬੂਤਰ ਮਸ਼ਹੂਰ ਹੋਏ ਸੀ ਬਗਰਾੜੀ ਵਾਲੇ, ਡੱਕੇ ਕੱਢਦੇ ਸੀ ਜੀ ਪੈਰਾਂ ਦੇ। ਇਹ ਵੱਡਾ ਕਬੂਤਰ ਹੈ ਜੀ, 16-17 ਸਾਲ ਉਮਰ ਹੈ, ਇਹ ਪਿੰਡ ਬਗਰਾੜੀਓ ਹੀ ਆਇਆ ਸੀ। ਮੇਰਾ ਕੋਈ ਦੋਸਤ ਹੈ ਜੀ, ਉਹ ਲੈ ਕੇ ਆਇਆ ਸੀਗਾ, ਉਹਨੇ ਕਬੂਤਰ ਛੱਡਤੇ ਸੀ, ਫਿਰ ਉਹ ਤੋਂ ਮੈਂ ਲੈ ਲਿਆ ਸੀ। ਬਹੁਤ ਚੰਗੇ ਬੱਚੇ ਉੱਡਦੇ। ਇਸ ਵਾਰੀ ਬਾਦਲ ਦੁੱਸਰ 'ਚ ਇਹਦੀ ਪੱਠੀ ਹਰੀ ਹੈ, ਚੌਥੀ ਆਸ਼ੂ ਕਿਲਾ ਰੈਪਰ ਦੇ ਨਾਂ 'ਤੇ ਉੱਡੀ ਸੀ, ਇਸੇ ਕਬੂਤਰ ਦੀ ਸੀ। ਉਹ ਇਸ ਕਬੂਤਰ ਦੀ ਪੱਠੀ ਉੱਡੀ ਸੀ, ਇਹਦੇ ਨਾਲ ਜੰਟੇ ਵਾਲੀ ਕਬੂਤਰੀ ਲੱਗੀ ਹੈ ਪਿਓਰ, ਅਤੇ ਬੱਚੇ ਕੱਢ ਰੱਖੇ ਦੋ ਇਹਨਾਂ ਨੇ ਹੁਣ ਆਂਡੇ ਲਾਈ ਬੈਠੇ। ਬਹੁਤ ਵੱਡੀ ਉਮਰ ਦਾ ਕਬੂਤਰ ਹੈ, ਵੇਚਦੀ ਜਮਾਂ ਬਿਮਾਰ ਹੋ ਗਿਆ ਸੀਗਾ, ਪਰ ਹੁਣ ਫੇਰ ਬਚਿਆ। ਕੋਈ ਦੋ ਸ਼ਬਦ ਕਹੋ ਜੀ ਰਾਹੁਲ ਜੀ ਬਾਰੇ ਜਾਂ ਕਬੂਤਰਾਂ ਬਾਰੇ। ਇਹ ਜਦੋਂ ਪਹਿਲਾਂ ਪਹਿਲਾਂ ਰੱਖੇ ਉਦੋਂ ਜਾਂਦੇ ਹੁੰਦੇ ਸੀ ਸਾਡੇ ਕੋਲ, ਹੁਣ ਵੀ ਜਾਂਦੇ, ਉਦੋਂ ਦੇ ਜਾਂਦੇ। ਅੱਛਾ ਜੀ। ਹਾਂਜੀ, ਬਹੁਤ ਕਬੂਤਰ ਲਿਆਏ, ਸਾਰਿਆਂ ਦੇ ਲਿਆਏ, ਕਿਸੇ ਨੂੰ ਆਪ ਵੀ ਨਹੀਂ ਜਵਾਬ ਦਿੰਦੇ, ਕਿਸੇ ਨੂੰ ਜਿਹੜਾ ਆਉਂਦਾ ਇੱਥੋਂ ਦੋ ਦੇ ਕੇ ਤੋਰਦੇ। ਜ਼ਿਕਰ ਕੀਤਾ ਨਾ, ਜ਼ਿਕਰ ਕੀਤਾ ਵੀ ਕੋਈ ਵੀ ਪੰਜਾਬ ਦਾ ਇਹੋ ਜਿਹਾ ਖਿਡਾਰੀ ਨਹੀਂ ਲੈ ਕੇ, ਕੋਈ ਬੰਦਾ ਹੀ ਨਹੀਂ ਛੱਡਿਆ ਜੀ। ਆਪ ਵੀ ਜੇ ਕੋਈ ਕਹਿ ਦੇ, ਵੈਸੇ ਵੀ ਆਇਆ ਹੋਵੇ ਤਾਂ ਉਹਨੂੰ ਧੱਕੇ ਨਾਲ ਵੀ ਦਿੰਦੇ, ਦੋ ਬੱਚੇ ਵੀ ਉਡਾ ਕੇ ਵੇਖੋ ਜੀ ਤੁਸੀਂ। ਬਸ ਇਹ ਹੀ ਹੈ, ਠੀਕ ਹੈ ਭਾਈ ਗੋਖੀ ਬੰਦੀ, ਆਓ ਜੀ ਵਿਖਾਓ ਇਹ ਖੁੱਡਾ ਨੰਬਰ 5 ਦੇ ਕਬੂਤਰ। ਕਬੂਤਰ ਦਾ ਨਾਂ ਰੱਖਿਆ ਸੀ ਬ੍ਰੇਕ ਜੀ, ਜਿਹੜੀ ਵੀ ਨਸਲ ਭੱਜਦੀ ਹੈ ਜੀ ਉਹਦੇ ਨਾਲ ਇਹਨੂੰ ਲਾ ਦੇਈਦਾ ਜੀ, ਫਿਰ ਬ੍ਰੇਕ ਹੀ ਲਾ ਦਿੰਦਾ। ਬਹੁਤ ਵਧੀਆ ਕਬੂਤਰ ਹੈ ਜੀ, ਪਿਓਰ ਬਗਰਾੜੀ ਵਾਲੇ ਕਬੂਤਰਾਂ 'ਚੋਂ ਹੈ ਜੀ, ਡੱਕਿਆਂ ਵਾਲੇ ਜਿਹੜੇ ਸੀਗੇ ਮਸ਼ਹੂਰ, ਖੱਟੀਆਂ ਵਾਲੇ। ਇਹ ਮਦੀਨ ਹੈ ਜੀ, ਇਸ ਕਬੂਤਰ ਨਾਲ ਲੱਗੀ ਹੈ ਬਾਈ ਜੰਟੇ ਵਾਲੇ ਕਬੂਤਰਾਂ 'ਚੋਂ। ਇਹ ਆਪਾਂ ਨੂੰ ਜੀ ਰੋਮੇ ਮਲੋਟ ਨੇ ਦਿੱਤੀ ਹੈ ਜੀ ਬੱਚੇ ਕਢਾਉਣ ਨੂੰ। ਇਹ ਜੀ ਹਜ਼ਾਰ ਵਾਲੇ ਕਬੂਤਰਾਂ ਦਾ ਪੱਠਾ, ਅਤੇ ਇਹਦੇ ਨਾਲ ਉਸਤਾਦ ਜੀ ਹੋਰਾਂ ਤੋਂ ਕਬੂਤਰੀ ਆਈ ਹੈ, ਉਹ ਲੱਗੀ ਹੈ। ਇਹਦਾ ਬੱਚਾ ਬੇਗੇ ਜਿੱਤਿਆ ਸੀ ਜੀ ਆਪਣਾ, 2 ਸਾਲ ਹੋ ਗਏ, ਐਂਟਰੀ ਵਾਲੀ ਬਾਜੀ ਸੀ, ਬਹੁਤ ਚੰਗਾ ਉੱਡਿਆ ਸੀਗਾ। ਪਿਛਲੇ ਸਾਲ ਇਹ ਕਬੂਤਰ ਨੇ ਬੱਚੇ ਨਹੀਂ ਕੱਢੇ ਸੀ, ਬਿਮਾਰ ਹੋ ਗਿਆ ਸੀਗਾ, ਇਸ ਸਾਲ ਹੁਣ ਫਿਰ ਬੱਚੇ ਕਢਾਏ ਆ ਦੋ। ਇਹਦੇ ਜਿਹੜਾ ਦਾ ਫਾਦਰ ਆ ਉਹ ਵੀ 20-22 ਸਾਲ ਦੀ ਉਮਰ ਦਾ, ਬਹੁਤ ਪੁਰਾਣਾ, ਬਹੁਤ ਪੁਰਾਣਾ ਕਬੂਤਰ ਬੈਠਾ ਆਪਣੇ ਕੋਲ ਹਲੇ। ਹਾਂਜੀ ਠੀਕ ਹੈ ਜੀ, ਬਹੁਤ ਪੁਰਾਣੇ ਪੁਰਾਣੇ ਕਬੂਤਰ ਹੋਰ ਵੀ ਹੈ। ਜੋੜਾ ਹੀ ਬੈਠਾ ਜਾਂ ਇਕੱਲਾ ਕਬੂਤਰ ਬੈਠਾ? ਜੋੜਾ ਹੀ ਬੈਠਾ, ਜੋੜਾ ਹੀ ਬੈਠਾ। ਇਹ ਮਦੀਨ ਹੈ ਜੀ 6 ਨੰਬਰ ਖੁੱਡੇ ਦੀ, ਇਹ ਮੇਰੇ ਉਸਤਾਦ ਜੀ ਤੋਂ ਮੈਂ ਬੱਚਾ ਲਿਆਇਆ ਸੀਗਾ ਜੀ, ਬਹੁਤ ਹੀ ਜ਼ਿਆਦਾ ਚੰਗੀ ਨਸਲ ਹੈ ਜੀ ਉਹਨਾਂ ਦੀ, ਬੁੱਢੀ ਮਾਰ ਵਾਲਾ ਕਬੂਤਰ ਵੱਜਦਾ ਜੀ, ਸਾਰਾ ਸਾਡਾ ਗਰੁੱਪ ਤਾਂ ਜਾਣਦਾ ਕਬੂਤਰ ਦਾ, ਉਹਦੀ ਪੱਠੀ ਹੈ ਜੀ ਇਸ ਕਬੂਤਰੀ ਦਾ, ਅਤੇ ਉਹ ਕਬੂਤਰ ਦਾ ਬੱਚਾ ਬੇਗੇ ਜਿੱਤਿਆ ਸੀਗਾ ਜੀ। 4 ਵਜੇ ਬਹਿਣ ਲੱਗ ਗਿਆ ਸੀਗਾ ਜੀ, 7 ਹੀ ਵਜਾਏ ਸੀ ਕਬੂਤਰ ਨੇ, ਬਹੁਤ ਵਧੀਆ ਉੱਡਿਆ। ਛੋਟੇ ਸਾਈਜ਼ ਛੋਟੇ ਹੈ ਜੀ ਇਹਨਾਂ ਦੇ, ਸਿਰ ਗੋਲ ਹੈ, ਜਿੰਨੇ ਵੀ ਇਹ ਬਰੀਡ ਉਸਤਾਦ ਜੀ ਤੋਂ ਆਈ ਹੈ ਸਾਰੀਆਂ ਦੀ ਸਾਈਜ਼ ਛੋਟੇ ਸਿਰ ਗੋਲ ਹੋਣਗੇ। ਬੱਚੇ ਲਾਲਚੀ ਨੇ ਕੱਢਦੀ ਹੈ। ਨੰਬਰ ਆ ਗਿਆ 7, ਇਹਦੇ ਵਿੱਚ ਕਿਹੜੇ ਕਬੂਤਰ ਹੈ ਜੀ? ਇਹਦੇ ਵਿੱਚ ਜੀ ਕਬੂਤਰੀ ਤਾਂ ਬਾਈ ਨਿਸ਼ਾਨ ਨੇ ਸਾਡੇ ਏਰੀਏ 'ਚ ਬਾਜੀ ਛੱਡੀ ਸੀ। ਆਓ ਜੀ ਨਿਸ਼ਾਨ ਜੀ, ਪਿੰਡ ਮਸੀਤਾਂ ਜੀ, ਅਤੇ ਬਾਜੀ ਜੀ ਥੋੜ੍ਹਾ ਜਿਹਾ ਰੌਲਾ ਪੈ ਗਿਆ ਸੀਗਾ, ਅਤੇ ਕਬੂਤਰੀ ਮਤਲਬ ਬਾਜੀ ਕੈਂਸਲ ਹੋ ਗਈ, ਅਤੇ ਬਾਈ ਤੋਂ ਮੈਂ ਉਸਦੇ ਫਿਰ ਮਿਹਨਤ ਨਾਲ ਕਬੂਤਰੀ ਰੱਖਣੀ ਸੀ, ਉਹ ਮੈਨੂੰ ਬਹੁਤ ਪਸੰਦ ਸੀ, ਬਾਈ ਮੈਨੂੰ ਦੇ ਗਿਆ ਸੀਗਾ, ਅਤੇ ਜਿਹੜਾ ਤੁਹਾਨੂੰ ਉੱਧਰ ਜੰਟੇ ਵਾਲਾ ਕਾਲੇ ਖੰਭ ਵਾਲਾ ਵਿਖਾਇਆ ਕਬੂਤਰ, ਉਹ ਜੋੜਾ ਲਾ ਕੇ ਮੈਂ ਪੱਠੀ ਕਢਾਈ ਸੀਗੀ, ਅਤੇ ਮੈਂ ਲਾਲ ਬਾਈ ਬਾਜੀ ਛੱਡੀ ਸੀ, ਉਹਦੇ ਮੀਂਹ ਪੈ ਗਿਆ, ਬਾਜੀ ਹੋ ਗਈ ਕੈਂਸਲ। ਇਸ ਜੋੜੇ ਦੀ ਧੀ ਉੱਡੀ ਹੈ ਜਿਹੜੀ, ਰਵੀ ਸੁਨਾਮ ਦੀ ਲੋਹਾ ਖੇੜੇ ਉੱਡੀ ਹੈ, ਇਸ ਵਾਰ 1,00,000 ਰੁਪਇਆ ਜਿੱਤੀ, ਉਹ ਇਸ ਜੋੜੇ ਦੀ ਪੱਠੀ ਹੈ ਜੀ, ਕਬੂਤਰ ਪੁੰਨੂ ਵਾਲਾ ਕਾਲਸਰਾ, ਕਬੂਤਰੀ ਬਾਈ ਨਿਸ਼ਾਨ ਵਾਲੀ ਦੀ ਅਤੇ ਜੰਟੇ ਵਾਲੀ ਦੀ ਪੱਠੀ। ਮਿਹਨਤ ਤਰਲਾ ਕਹਿੰਦੇ ਆ ਜੀ, ਥੋੜ੍ਹਾ ਜਿਹਾ ਇਸ ਕਬੂਤਰੀ ਪਿੱਛੇ ਕੀਤਾ ਸੀ, ਕੀ ਉਹਦੇ ਦਾ ਜਿਹੜੀ ਮਾਂ ਪਿੱਛੇ ਮਿਹਨਤ ਤਰਲਾ ਕੀਤਾ ਸੀ ਬਾਈ ਰਾਹੁਲ ਨੇ, ਥੋੜ੍ਹਾ ਜਿਹਾ ਦੱਸੋ, ਬਾਈ ਨੇ ਨਹੀਂ ਜਵਾਬ ਦਿੱਤਾ, ਜਿਹੜਾ ਬਾਈ ਦਾ ਬੰਦਾ ਹੈ ਨਾ, ਉਹ ਕਹਿੰਦਾ ਨਾ ਜੀ ਅਸੀਂ ਤਾਂ ਬਾਜੀ ਛੱਡਾਂਗੇ। ਇਹਦੇ ਨਾਲ ਭਰਾਵਾਂ ਵਾਲੀ ਗੱਲ ਹੈ ਜੀ ਸਾਡੀ, ਕੋਈ ਚੋਲ ਦੀ ਚੱਕਰ ਨਾ ਜੀ, ਅਤੇ ਇਹ ਕਹਿੰਦਾ ਮੈਂ ਰੱਖਣੀ ਹੈ, ਮੈਂ ਤਾਂ ਬਾਜੀ ਧਿਆਣੀ ਸੀ, ਮੈਂ ਫੋਨ ਕੀਤਾ, ਮੈਂ ਚੱਲ ਤੂੰ ਹੱਥ ਲਾ ਕਬੂਤਰ ਆਪਣੇ। ਇਸ ਜੋੜੇ ਦੀ ਧੀ ਜਿੱਤੀ ਹੈ ਜੀ ਐਤਕੀ 1,00,000 ਰੁਪਇਆ, ਪਿੰਡ ਲੋਹਾ ਖੇੜੇ, ਨੈੱਟ ਤੇ ਵੀ ਸਾਰੀ ਬਾਜੀ ਚੱਲੀ। ਰਾਜੂ ਜੀ ਬੰਦ, ਇਸ ਜੋੜੇ ਦੀ ਪੱਠੀ ਉੱਡੀ ਹੈ ਜੀ ਐਤਕੀ ਪਿੰਡ ਲੋਹਾ ਖੇੜੇ, ਰਵੀ ਸੁਨਾਮ ਨੇ ਛੱਡੀ ਸੀ, ਆਪਣੇ ਭਰਾ ਹੈ ਜੀ ਛੋਟੇ, ਉਹ ਚੇਲੇ ਕਹਿ ਲਓ,
ਉਹਨਾਂ ਨੂੰ ਆਪਾਂ ਬੱਚਾ ਦਿੱਤਾ ਸੀਗਾ ਅਤੇ ਲੱਖ ਰੁਪਈਆ ਜਿੱਤਿਆ ਜੀ ਐਤਕੀ ਅਤੇ ਨਾਲੇ ਫਰਿੱਜ ਨਾਮ ਐਂਟਰੀ ਵਾਲੀ ਬਾਜੀ ਕਬੂਤਰ ਪੁੰਨੂ ਵਾਲਾ ਕਾਲਸਰਾ ਜੀ ਪਿਓਰ ਕਬੂਤਰੀ ਜਾਂਟੇ ਵਾਲਿਆਂ ਦੀ ਅਤੇ ਮੀਰਾਬਾ ਦੀ ਮਿੱਸੀ ਜੀ ਘਰ ਦੀ ਭੱਠੀ ਆਪਣੀ ਬਹੁਤ ਚੰਗੇ ਰਿਜ਼ਲਟ ਹੈ ਬਾਈ ਜੀ ਆਪਣਾ ਅੱਠ ਨੰਬਰ ਕੁੱਡਾ ਜੀ ਉਹਦੇ ਵਿੱਚ ਆਹ ਜੋੜਾ ਜੀ ਵੱਡਾ ਜਿਹੜਾ ਹਜ਼ਾਰ ਵਾਲਾ ਕਬੂਤਰ ਆ ਉਹਦੀ ਤਾਂ ਭੱਠੀ ਹੈ ਜੀ ਬਹੁਤ ਵਧੀਆ ਬਲਾਡਾ ਮੰਨ ਲਓ ਚੰਗੇ ਉੱਡਦੇ ਆਹ ਕਬੂਤਰ ਆਪਾਂ ਜੀ 12,500 ਦਾ ਮੁੱਲ ਲਿਆ ਠੀਕ ਹੈ ਜੀ ਇਹ ਕਬੂਤਰ 50,000 ਦਾ ਵਿਕ ਕੇ ਗਿਆ ਸੀ ਸਰਸੇ ਯਾਦ ਮਿੱਠੜੀ ਦੇ ਘਰੋਂ ਅਤੇ ਉਹ ਬੰਦਿਆਂ ਨੂੰ ਲੋੜ ਸੀਗੀ ਅਤੇ ਆਪਾਂ ਉਹਨਾਂ ਤੋਂ 12,500 ਦਾ ਪਰਸੋਂ ਹੀ ਲੈ ਕੇ ਆਏ ਮੈਨੂੰ ਪਤਾ ਵੀ ਇਹਨਾਂ ਦਾ ਇਹਨਾਂ ਨਾਲ ਬਲੱਡ ਉੱਡਦਾ ਤਾਂ ਕਰਕੇ ਆਪਾਂ ਇੱਕ ਕਬੂਤਰ ਲੈ ਲਿਆ ਕਿੰਨੀ ਉਮਰ ਹੋਣੀ ਹੈ ਇਹਦੀ 8 ਸਾਲ ਹੈ ਜੀ ਜੂਮ ਕਰਕੇ ਦਿਖਾ ਦਿਓ ਫੁੱਡੇ ਦੇ ਵਿੱਚ ਥੋੜ੍ਹਾ ਜਿਹਾ ਹਨੇਰਾ ਸੀ ਬਾਈ ਬਾਈ ਕਹਿੰਦੇ ਇਹ ਪਿਓਰ 1,000 ਵਾਲੇ ਆ ਜੀ ਪਿਓਰ 1,000 ਵਾਲੇ ਲਓ ਜੀ 1,000 ਵਾਲੇ ਕਬੂਤਰ ਪਿਓਰ ਮੰਨ ਲਓ ਆਪਣੇ ਖੁੱਡੇ 'ਚ ਪਿਓਰ ਹੈ ਜੀ ਹੋਰ ਵੀਰਾਂ ਕੋਲ ਵੀ ਹੋ ਸਕਦੇ ਆ ਪਿਓਰ ਹੋਣ ਠੀਕ ਹੈ ਬਾਈ ਬੋਲੋ ਜੀ ਵਿੱਚ ਵਿਖਾ ਦੇਣੀ ਯਾਰ ਵਿੱਚ ਵਧੀਆ ਵਿੱਚ ਵਧੀਆ ਉਹਦੇ ਲਾਈਟ ਹੈਗੀ ਆ ਇਹਦੇ ਐਂ ਕਰੀ ਉਹ ਲਾ ਲਈ ਵਿਖਾ ਦੇ ਹਾਂਜੀ ਬੋਲੋ ਤੁਹਾਡਾ ਨੰਬਰ 8 ਦੇ ਹਾਂਜੀ ਬਾਈ ਜੀ ਨੌ ਨੰਬਰ 9 ਹਾਂਜੀ ਹਾਂਜੀ ਬਾਈ ਜੀ ਇਹ ਖੁੱਡਾ ਨੰਬਰ 9 ਹੈ ਜੀ ਜੀ ਇੱਕ ਤੁਹਾਨੂੰ ਮੈਂ ਉੱਧਰ ਮਦੀਨ ਵਿਖਾਈ ਸੀ ਜਿਹੜੀ ਪਿੰਡ ਪੱਖੀ ਕਲਾਂ ਬਾਜੀ ਜਿੱਤੀ ਹੈ ਐਤਕੀ ਠਾੜ ਕਲੱਬ ਦੀ 3200 ਵਾਲੀ ਉਹਦੇ ਮਾਂ ਬਾਪ ਉਹਦੇ ਨਸਲ ਕਿਹੜੀ ਜਿਹੜੀ ਨਸਲ ਹੈ ਜੀ ਕਬੂਤਰੀ ਜੀ ਮੇਰੇ ਉਸਤਾਦ ਜੀ ਕੋਲੇ ਚੀਨਾ ਕਬੂਤਰ ਹੈ ਉਹਦੀ ਪੱਠੀ ਹੈ ਅਤੇ ਕਬੂਤਰ ਪਿਓਰ ਮੰਨ ਲਓ ਕਾਕੇ ਵਾਲੇ ਜਿਹੜੇ ਸ਼ਾਹ ਆਖੇ ਕਾਕੇ ਵਾਲੇ ਸ਼ਾਹ ਵਿਖਾਓ ਜੀ 9 ਨੰਬਰ ਬਾਈ ਜੀ ਕਬੂਤਰ ਦੀ ਭੈਣ ਕੂਲਰ ਜਿੱਤੀ ਸੀ ਜੀ ਪਿੰਡ ਘੋਲੀਏ 70 ਕਬੂਤਰ ਸੀਗੇ ਅਤੇ ਦੋਵਾਂ ਤਿੰਨਾਂ ਨੇ ਸਾਂਝੀ ਕਰੀ ਸੀ ਅਤੇ ਆਪਣੀ ਰਾਤ ਨੂੰ ਵੀ ਨਹੀਂ ਬੈਠੀ ਸੀ ਇਹਦੀ ਸਗੀ ਭੈਣ ਸੀ ਸ਼ਾਹ ਆਖੀਏ ਕਾਕੇ ਵਾਲਾ ਕਬੂਤਰ ਹੈ ਜੀ ਅਤੇ ਆਹ ਚੀਨੀ ਮੇਰੇ ਉਸਤਾਦ ਜੀ ਤੋਂ ਆਈ ਹੋਈ ਹੈ ਮੈਂ ਕਬੂਤਰ ਲਿਆਇਆ ਸੀ ਇੱਥੇ ਘਰੇ ਬੱਚੇ ਕਢਾਏ ਸੀ ਇਹਦਾ ਬਾਪ ਚੀਨਾ ਕਬੂਤਰ ਹੈ ਜੀ ਅਤੇ ਇਸ ਜੋੜੇ ਦੀ ਧੀ ਪਿੰਡ ਪੱਖੀ ਕਲਾਂ 3200 'ਚ ਬਾਜੀ ਜਿੱਤੀ ਆਪਣੀ ਠਾੜ ਕਲੱਬ ਦੀ ਚਾਹੀਏ ਇਸੇ ਜੋੜੀ ਦਾ ਮੰਨ ਲਓ ਪੱਖੀ ਵਾਲੀ ਦਾ ਭਰਾ ਹੈ ਇੱਕ ਹੀ ਬੱਚਾ ਕੱਢਿਆ ਇਹਨਾਂ ਨੇ ਹੁਣ ਦੁਬਾਰਾ ਅੰਡੇ ਲਾਈ ਬੈਠੇ ਬਾਈ ਜੀ ਇਹਦੇ ਵਿੱਚ ਟਹਿਲੇ ਵਾਲਾ ਦਾ ਕਬੂਤਰ ਹੈ ਜੀ ਅਤੇ ਪੁੰਨੂ ਵਾਲਿਆਂ ਦੀ ਸ਼ਾਹ ਆਖੀ ਕਬੂਤਰੀ ਹੈ ਬੜਾ ਵਧੀਆ ਰਿਜ਼ਲਟ ਹੈ ਜੋੜੇ ਦਾ ਆਓ ਜੀ ਵਿਖਾਓ ਖੁੱਡਾ ਨੰਬਰ 10 ਬਾਈ ਜੀ ਇਹ ਕਬੂਤਰ ਹੈ ਜੀ ਟਹਿਲੇ ਵਾਲਿਆਂ 'ਚੋਂ ਪੂਸ 'ਚ ਇਹਦੇ ਕਾਲਾ ਖੰਭ ਹੈ ਸ਼ਾਹ ਅੱਖਾ ਜਮਾਂ ਪਿਓਰ ਕਰਕੇ ਰੱਖਿਆ ਹੋਇਆ ਆਹ ਬੱਚੇ ਹੈ ਇਹਦੇ ਅਤੇ ਇਹਦੇ ਨਾਲ ਪਿਓਰ ਪੁੰਨੂ ਵਾਲੀ ਸ਼ਾਹ ਆਖੀ ਕਬੂਤਰੀ ਲੱਗੀ ਆਪਣੀ ਐਤਕੀ ਪਿੰਡ ਕਿਓਲ ਬਾਜੀ ਜਿੱਤਿਆ ਜੀ ਇਸੇ ਜੋੜੀ ਦਾ ਪੁੱਤ ਬਹੁਤ ਜ਼ਿਆਦਾ ਚੰਗਾ ਉੱਡਿਆ ਅਤੇ ਉਹ ਆਪਾਂ ਰਾਣਾ ਚੰਡੀਗੜ੍ਹ ਤੋਂ ਆ ਮੁੰਡਾ ਉਹਨੂੰ ਗਿਫਟ ਕਰਤਾ ਜੀ ਬੱਚੇ ਕਢਾਉਣ ਨੂੰ ਇਹ ਬਾਈ ਜੀ ਆਪਾਂ ਆਮ ਤੌਰ 'ਤੇ ਨਸਲਾਂ ਦੇ ਦੋ ਨਾਂ ਰੱਖੇ ਇੱਕ ਦੇ ਪੁੰਨੂ ਵਾਲਿਆਂ ਨੂੰ ਜੱਸੋਵਾਲ ਵੀ ਕਹਿ ਦਿੰਦੇ ਸੀ ਤਾਂ ਇਹ ਪਿਓਰ ਜੱਸੋਵਾਲ ਜੋੜਾ ਮੈਂ ਆਪਦੇ ਵੱਲੋਂ ਦਿਮਾਗ ਨਾਲ ਲਾਇਆ ਜੀ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦਾ ਆਓ ਜੀ 11 ਨੰਬਰ ਜੱਸੋਵਾਲ ਅਤੇ ਚੀਨੀ ਵੱਡੀ ਕਬੂਤਰੀ ਹੈ ਜੀ ਜੱਸੋਵਾਲਾਂ ਦੀ ਜਿਹਨੂੰ ਪੁੰਨੂ ਵਾਲੇ ਵੀ ਕਹਿ ਦਿੰਦੇ ਹਾਂ ਆਪਾਂ ਅਤੇ ਕਾਲਸਰਾ ਨਾਰਾ ਜੀ ਇਹਨਾਂ ਨਾਲ ਦਾ ਇਹ ਹੈ ਜੀ ਪਿਓਰ ਜੱਸੋਵਾਲ ਨਾਰਾ ਕਾਲਸਰਾ ਕਬੂਤਰ ਹੈ ਜੀ ਕਾਲਸਰੀ ਕਬੂਤਰੀ ਹੈ ਅਤੇ ਆਹ ਬੱਚੇ ਕੱਢੇ ਜੀ ਥੱਲੇ ਇਹਨਾਂ ਨੇ ਚੀਨੀ ਆਹ ਬੱਚੇ ਕੱਢੇ ਜੀ ਇਹਨਾਂ ਨੇ ਬਹੁਤ ਹੀ ਸ਼ਾਨਦਾਰ ਉਡਾਨ ਇਹਨਾਂ ਦੀ ਜੀ ਅਤੇ ਹਰ ਇੱਕ ਕਬੂਤਰਾਂ ਨਾਲ ਇਹਨਾਂ ਦਾ ਤਾਅ ਪੈਂਦਾ ਜੀ ਵਧੀਆ ਕਬੂਤਰ ਹੈ ਮੰਨ ਲਓ ਤੁਹਾਨੂੰ ਬਾਜੀ 'ਚ ਨਿਰਾਸ਼ਾ ਨਹੀਂ ਦੇਣਗੇ ਭੱਜਦੇ ਨਹੀਂ ਜਮਾਂਗੇ ਹਾਂਜੀ ਆਪਾਂ ਖੁੱਡਾ ਵਿਖਾਈ ਉਸ ਤੋਂ ਪਹਿਲਾਂ ਵੀਰ ਪਹੁੰਚੇ ਆਪਣੇ ਕੋਲ ਨਵੇਂ ਸ਼ਹਿਰ ਬਾਅਦ 'ਚ ਪਹੁੰਚੇ ਸੀ ਇੰਟਰੋ ਨਹੀਂ ਕਰਾਏ ਪਹਿਲਾਂ ਉਹਨਾਂ ਦੀ ਇੰਟਰੋ ਕਰਵਾਉਂਦੇ ਇਹ ਹੈ ਜੀ ਸਾਡਾ ਵੱਡਾ ਬਾਈ ਬੂਟਾ ਬਰੂ ਵਾਲਾ ਦੋ ਭਾਈ ਹੈ ਬਾਈ ਉਰੇ ਬੋੜ ਬਰੂ ਵਾਲਾ ਬੂਟਾ ਬਰੂ ਵਾਲਾ ਦੋਵੇਂ ਹੀ ਸਾਡੇ ਨਾਲ ਬਹੁਤ ਯਾਰੀ ਹੈ ਬਾਈ ਅਰਗਿਆਂ ਦੀ ਇਹ ਬਾਈ ਸ਼ਰਨੂ ਹੈ ਤਖਤ ਮਲਾਣੇ ਤੋਂ ਨਾਲ ਹੀ ਮੇਰੇ ਉਸਤਾਦ ਜੀ ਦੇ ਵੜਿੰਗਾਂ ਦੇ ਪਿੰਡ ਨਾਲ ਹੀ ਉਹਦਾ ਇਹ ਬਾਈ ਸਾਡਾ ਫਰੈਂਡ ਹੈ ਜੀ ਬਾਈ ਨੂੰ ਸ਼ੌਂਕ ਨਹੀਂ ਵੈਸੇ ਅਸੀਂ ਇਹਨੂੰ ਪਾ ਦਿਆਂਗੇ ਹੌਲੀ ਹੌਲੀ ਸ਼ਮਿੰਦਰ ਹੈ ਮੁਕਤਸਰ ਰਹਿੰਦੇ ਆ ਬਾਈ ਅਰਗੇ ਪਿੰਡ ਆਨੰਦਗੜ੍ਹ ਹੈ ਹਾਂਜੀ ਤੁਸੀਂ ਵੀ ਦੋਨੇ ਸ਼ੌਕ ਰੱਖਦੇ ਹੋ ਜੀ ਕਬੂਤਰਾਂ ਦਾ ਹਾਂਜੀ ਇਹਨਾਂ ਦੇ ਬਜ਼ੁਰਗਾਂ ਵੇਲੇ ਦੇ ਕਬੂਤਰ ਰੱਖੇ ਆ ਜੀ ਚੰਗੇ ਮੁਰਗਬਾਜ਼ ਵੀ ਬਹੁਤ ਚੰਗੇ ਆ ਜੀ ਇਹ ਅਤੇ ਕਬੂਤਰਬਾਜ਼ ਹੁਣ 12 ਨੰਬਰ ਖੁੱਡੇ ਦੇ ਕਰਾਉਣੀ ਇਹਦੇ ਵਿੱਚ ਜੀ ਜੋੜਾ ਕਬੂਤਰੀ ਤਾਂ ਪਿਓਰ 1,000 ਵਾਲੀ ਹੈ
ਕਬੂਤਰ ਆਪਣਾ ਤਿੰਨ ਬਾਜ਼ੀਆਂ ਜਿੱਤਿਆ ਜੀ, ਪੁੰਨੂ ਵਾਲਿਆਂ ਦਾ ਤੇ ਹਜ਼ਾਰ ਮਿਸ ਹੈ ਜੀ। ਮੰਨ ਲਓ ਇਹ ਜੋੜੀ ਨੂੰ ਆਈ ਲਾਇਆ ਹਜ਼ਾਰ ਵਾਲੀ ਕਹਿ ਦਿਓ, ਹਜ਼ਾਰ ਵਾਲੀ ਕਹਿ ਦਿਓ, ਹਜ਼ਾਰ ਵਾਲੇ ਜੀ ਬਹੁਤ ਚੰਗਾ। ਆਪਣਾ ਟੀਰਾ ਕਬੂਤਰ ਹੈ ਜੀ, ਤਿੰਨ ਬਾਜ਼ੀਆਂ ਜਿੱਤਿਆ ਜੀ, ਬਹੁਤ ਹੀ ਸ਼ਾਨਦਾਰ ਉਡਾਣ ਹੈ ਪੁੰਨੂ ਵਾਲਿਆਂ ਦਾ ਤੇ ਹਜ਼ਾਰ ਵਾਲਿਆਂ ਦਾ। ਇਹਦੇ ਨਾਲ ਮਦੀਨ ਹੈ ਜੀ ਪਿਓਰ ਹਜ਼ਾਰ ਵਾਲੇ। ਇਹ ਵੀ ਵੱਡੇ ਕਬੂਤਰ ਦੀ ਪੱਠੀ ਹੈ ਜੀ ਹਜ਼ਾਰ ਵਾਲੀ। ਬਾਈ ਮੈਂ ਤੁਹਾਨੂੰ ਗੱਲ ਸੁਣਾ, ਮੈਂ ਠਾੜ ਵਿੱਚ ਜਾਣ ਲੱਗਿਆ ਜਦੋਂ ਮੇਰੀ ਉਸਤਾਦ ਜੀ ਹੋਰਾਂ ਨਾਲ ਜਾਣ ਪਿਆ, ਇਹ ਬਾਈ ਸਾਡਾ ਥੋੜ੍ਹਾ ਜਿਹਾ ਮੁਖਰਲੀ ਹੈ, ਮੈਨੂੰ ਕਹਿੰਦਾ ਤੈਨੂੰ ਖਿਡਾਰੀ ਫੇਰ ਮੰਨਾਂਗੇ ਕਬੂਤਰਾਂ ਦਾ ਜੀ, ਸਾਡੇ ਏਰੀਏ 'ਚ ਇੱਕ ਵੀ ਬਾਜੀ ਜਿੱਤ। ਚਲੋ ਜੀ ਇਹਦੀ ਗੱਲ, ਮੈਂ ਮਿਹਨਤ ਕੀਤੀ ਹਰਗੇ ਵਾਲੇ, ਪਹਿਲੀ ਬਾਜੀ ਹਰਗੇ ਵਾਲੇ ਜਿੱਤਿਆ ਮੈਂ ਪਿਛਲੇ ਸਾਲ, ਉਦੋਂ ਪਿਛਲੇ ਸਾਲ ਤੁਹਾਨੂੰ ਸ਼ਾਹ ਕੀ ਵਿਖਾਈ ਨਾ। ਫਿਰ ਜੀ ਕੁੱਕੜਾਂ ਦਾ ਵੀ ਸ਼ੌਂਕ ਕਰਦੇ ਜੀ ਸਾਰਾ ਗਰੁੱਪ ਇੱਕ, ਮੈਨੂੰ ਕਹਿੰਦਾ ਵੀ ਮੁਰਗਿਆਂ 'ਚ ਵੀ ਫੇਰ ਮੰਨ ਗਈ ਜੇ ਬਾਜੀ ਜਿੱਤ। ਉਸੇ ਸਾਲ ਜੀ ਆਪਣਾ ਕੁੱਕੜ ਨਵੇਂ ਕਿਲੇ ਬਾਜ ਜੀ, ਦੋ ਦਿਨ ਲੜਕੇ ਨਾਲ, ਫਿਰ ਇਹ ਕਹਿੰਦਾ ਵੀ ਹੁਣ ਤੂੰ ਪੂਰਾ ਸਾਡੇ ਨੂੰ ਖੜਾ ਹੈ, ਪਿਛਲੇ ਸਾਲ ਭਾਗਸਰ ਫਰਿੱਜ ਜਿੱਤਿਆ ਸੀ ਉਹਨਾਂ ਦੋਵਾਂ ਦਾ ਸਕਾ ਭਾਈ, ਸਾਰਾ ਕਾਲਾ ਪੂੰਜਾ, 15 ਖੰਭ ਪੂੰਜੇ ਤੇ ਖੱਟੀਆਂ ਅੱਖਾਂ ਦਾ, ਇਹਦੇ ਨਾਲ ਦੋ ਮਦੀਨਾ ਲਾ ਲਓ ਜੀ। ਗੁਰਜੰਟ ਸਿੰਘ ਆਲਮਾਲਾ ਬਹੁਤ ਹੀ ਮਸ਼ਹੂਰ ਖਿਡਾਰੀ, ਉਹਨਾਂ ਦੇ ਜਿਹੜਾ ਖੁੱਡਾ ਨੰਬਰ ਹੈ ਇਹਨਾਂ ਦਾ 13 13। ਬਾਈ ਜੀ ਪਿਓਰ ਜੰਟੇ ਵਾਲਾ, ਬਾਈ ਗੁਰਜੰਟ ਸਿੰਘ ਆਲਮਾਲੇ ਜੀ ਦੀ ਨਸਲ ਸਾਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ, ਆਪਣੇ ਖੁੱਡੇ ਦੇ ਵਿੱਚ ਬਹੁਤ ਸਭ ਤੋਂ ਪਿਓਰ ਕਬੂਤਰ ਇਹ ਹੈ ਜੀ, 15 ਖੰਭ ਹੈ ਇਹਦੇ ਪੂਛ ਦੇ ਵਿੱਚ, ਜਮ੍ਹਾਂ ਕਾਲੀ ਪੂਛ ਹੈ ਇਹਦੀ, ਅਤੇ ਇਹਦੇ ਨਾਲ ਮੀਰਾ ਵਾਲੀ ਕਬੂਤਰੀ ਲੱਗੀ ਹੈ, ਵੱਡਾ ਕਬੂਤਰ ਹੈ ਜੀ। ਜਿਹੜੀ ਮਾਈ ਬਾਈ ਮੂਸ਼ੀ ਦੀ ਆਲਮਾਲੇ ਅਤੇ ਪਿਛਲੇ ਸਾਲ ਭਾਗਸਰ ਫਰਿੱਜ ਜਿੱਤਿਆ ਜੀ, ਉਹਨਾਂ ਦਾ ਭਾਈ ਹੈ, ਪਤਾ ਹੀ ਹੈ ਸਾਰੀ ਲੋਕਾਂ ਨੂੰ ਪਤਾ ਹੀ ਹੈ, ਲੋਕਾਂ ਨੂੰ ਪਤਾ ਕਿ ਵਧੀਆ ਕਬੂਤਰ ਉੜਦੀ ਹੈ ਉਹੀ ਨਸਲ ਔਰ ਕੋਲੇ ਬਹੁਤ ਚੰਗੀ ਹੈ। ਜਦੋਂ ਵੀ ਕਿਤੇ ਬਾਜੀ ਛੱਡਦਾ ਇਹਨੂੰ ਪੁੱਛੀਏ ਕੀ ਕਹਿੰਦਾ ਜੀ, ਉਹਨਾਂ ਕਬੂਤਰਾਂ 'ਚੋਂ ਯਾਨੀ ਕਿ ਬੱਚੀ ਵਧੀਆ ਹੁੰਦੀ। ਉੱਚੋ ਭਾਈ ਸਾਹਿਬ ਵਾਲੇ ਨੰਬਰ 14 ਦੇ ਜਿਹੜੇ ਖੁੱਡੇ ਦੇ ਮਾਲਕ ਹੈ ਕਬੂਤਰ, ਉਹ ਨੰਬਰ 14 ਦੇ। ਇਹ ਬਾਈ ਜੀ ਜਦੋਂ ਦੇ ਆਪਾਂ ਕਬੂਤਰ ਰੱਖੇ ਆ ਉਦੋਂ ਦਾ ਆਪਣੇ ਕੋਲੇ ਕਬੂਤਰ ਹੈ, ਮੰਨ ਲਓ ਇਹਨੂੰ ਮੇਰੇ ਕੋਲੇ 14 ਸਾਲ ਹੋ ਗਏ। ਇਹ ਕਬੂਤਰ ਭੁੱਚੋ ਵਾਲੇ ਭਾਈ ਸਾਹਿਬ ਦੇ ਘਰੋਂ ਆਇਆ ਹੋਇਆ ਡਾਇਰੈਕਟ ਕਬੂਤਰ ਹੈ ਜੀ, ਬਹੁਤ ਹੀ ਜ਼ਿਆਦਾ ਚੰਗਾ ਕਬੂਤਰ ਹੈ ਜੀ, ਠੀਕ ਹੈ ਜੀ। ਇਹ ਭਾਈ ਸਾਹਿਬ ਕੋਲ ਕਬੂਤਰ ਸੀਗੇ, ਇਹ ਜਮ੍ਹਾਂ ਮੰਨ ਲਓ 100 ਕਹਿ ਸਕਦੇ ਹਾਂ ਆਪਾਂ ਵੀ ਹਜ਼ਾਰ ਵਾਲੇ ਕਬੂਤਰਾਂ 'ਚੋਂ। ਮੈਂ ਤੁਹਾਨੂੰ ਆਪਦੀ ਮੇਰੀ ਫਸਟ ਚੋਇਸ ਦੱਸਦਾ ਵੀ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਹਜ਼ਾਰ ਵਾਲੇ ਅਤੇ ਪੁੰਨੂ ਵਾਲੇ ਲੱਗਦੇ, ਨਸਲਾਂ ਦੋ ਹੀ ਹੈ, ਨਾਮ ਅੱਡੋ ਅੱਡੀ ਪੈ ਗਈ। ਆਹ ਕਬੂਤਰ ਜੀ ਉਹਨਾਂ ਦੇ ਘਰ ਦਾ ਅਤੇ ਜਮ੍ਹਾਂ ਅੱਜ ਵੀ ਬੱਚੇ ਕੱਢਦਾ ਤੰਦਰੁਸਤ, ਇੱਕ ਅੱਖ ਦੀ ਚਿੱਟੀ ਹੈ ਜੀ, ਆਹ ਕਾਲੀ ਹੈ, ਅਤੇ ਕਦੇ ਕਦੇ ਇਹ ਇੱਥੇ ਕਾਲੇ ਖੰਭ ਵੀ ਕੱਢ ਜਾਂਦਾ, ਕਦੇ ਚਿੱਟਾ ਹੋ ਜਾਂਦਾ, ਅਤੇ ਪਿਓਰ ਪੁੰਨੂ ਵਾਲੀ ਕਬੂਤਰੀ ਲੱਗੀ ਹੈ ਇਹਦੇ। ਭਾਈ ਸਾਹਿਬ ਦੇ ਘਰੋਂ ਆਇਆ ਹੋਇਆ ਜੀ ਭੁੱਚੋ ਵਾਲਿਆਂ ਦੇ, ਵੱਡਾ ਕਬੂਤਰ ਹੈ ਜੀ ਉਹਨਾਂ ਦਾ, ਇਹਦੇ ਨਾਲ ਪਿਓਰ ਪੁੰਨੂ ਵਾਲੀ। ਅਕਸਰ ਜੀ ਮੈਂ ਸਿੱਖਿਆ ਉਹਦੇ ਫੁੱਫੜ ਜੀ ਹੋਰਾਂ ਤੋਂ, ਜਸਵੀਰ ਬਾਦਲ ਹੋਰਾਂ ਤੋਂ ਜਾਂ ਮੋਹਨ ਸਿੰਘ ਤੋਂ ਵੀ, ਇਹੀ ਬਲੱਡ ਆਪਸ ਮੇਂ ਉੱਡਦੇ ਆ ਅਤੇ ਉਵੇਂ ਹੀ ਜੋੜੇ ਲੱਗੇ ਆਪਣੇ, ਅਤੇ ਬਾਹਲੀ ਜ਼ਿਆਦਾ ਚੰਗੀ। ਜਿਹੜਾ ਤੁਹਾਨੂੰ ਪਹਿਲਾਂ ਜੱਸੋਵਾਲ ਜੋੜਾ ਵਿਖਾਇਆ ਜੀ ਉਹਦੀ ਪੱਠੀ ਆ, ਇਸ ਕਬੂਤਰ ਨਾਲ ਲੱਗੀ ਹੈ ਜੀ, ਬਹੁਤ ਜ਼ਿਆਦਾ ਚੰਗੇ ਬੱਚੇ ਉੱਡਦੇ ਆ। ਬਾਈ ਜੀ ਇਹ ਕਬੂਤਰ ਦਾ ਬਾਪ ਸਰਦਾਰ ਮੋਹਨ ਸਿੰਘ ਬਾਦਲ ਤੋਂ ਆਇਆ ਸੀ, ਜੱਸੋਵਾਲ ਕਬੂਤਰ ਸੀਗਾ ਜੀ, ਨਾਲ ਉਹਦੇ ਬੰਬਾਂ 'ਚੋਂ ਕਬੂਤਰੀ ਲੱਗੀ ਸੀ। ਇਸ ਦੇ ਭੈਣ ਭਾਈ ਮੇਰੇ ਕੋਲ 3 ਭਰਾ ਇਹ ਅਤੇ 4 ਭੈਣਾਂ, ਜਿੱਦੇ ਦੇ ਮੇਰੇ ਘਰ ਆਏ ਆ ਬਾਈ ਇਹ ਨਸਲ। ਬਾਲੀਆਂ ਤਾਂ ਬਾਜੀਆਂ ਚਲੋ ਆਪਾਂ ਨਹੀਂ ਕਹਿੰਦੇ ਵੀ ਮੈਂ ਸਾਰੀਆਂ ਹੀ ਜਿੱਤਿਆ, ਪਰ ਜੇ ਮੈਂ ਹਰਿਆ ਵੀ ਹਾਂ ਤਾਂ ਪਿੱਛੋਂ ਜਾ ਕੇ ਹਰਿਆ, 3-4 'ਚ ਆਪਣਾ ਕਬੂਤਰ ਫਿਰਦਾ ਸੀ। ਇਹੀ ਨਸਲ ਹੈ ਜਿਹੜੀ ਆਪਣੇ ਕੋਲ ਆਪਾਂ ਨੂੰ ਆਏ ਸਾਲ ਅਵਲ ਖਰਾਣੇ ਜਿਤਾਉਂਦੀ ਆਈ ਹੈ, ਬਹੁਤ ਹੀ ਜ਼ਿਆਦਾ ਚੰਗੇ ਉੱਡਦੇ ਜੀ। ਹਾਂਜੀ ਸਭ ਤੋਂ ਮਤਲਬ ਜਿਹੜਾ ਫੇਵਰੇਟ ਤੁਹਾਡਾ ਕਬੂਤਰ ਹੈ? ਇਹ ਹੈ ਫੇਵਰੇਟ ਤਾਂ ਹੁਣ ਜਿੰਨੇ ਆ ਜੀ ਤਕਰੀਬਨ ਸਾਰੇ ਆ, ਪਰ ਆਹ ਮੇਰੀ ਪਸੰਦੀਦਾਰ ਨਸਲ ਜਿਹੜੀ ਕਹਿ ਲਓ, ਨਸਲ ਜਿਹੜੀ ਆਪਾਂ ਕਹਿ ਸਕਦੇ ਹਾਂ ਤੁਹਾਡੀ, ਹਾਂਜੀ ਇਹ ਕਬੂਤਰ ਜੱਸੋਵਾਲ। ਹਾਂਜੀ ਉਹ ਇਹਦਾ ਭਾਈ ਹੈ ਸ਼ਾਹ ਅੱਖਾ ਜੀ, ਉਹ ਸਮਾਲਸਰ ਵਾਲਿਆਂ ਦੇ ਘਰ ਰਹਿ ਕੇ ਆਇਆ ਜੀ, ਉੱਕੂ ਖਾਲਸਾ ਜੀ, ਜਸਵੀਰ ਬਾਦਲ ਵਰਗਿਆਂ ਨਾਲ ਕਾਫੀ ਬਾਜ਼ੀਆਂ ਛੱਡਦੇ ਰਹੇ ਆ। ਇੱਕ ਬਾਰੇ ਬੋਲੋ, ਆ ਜੀ ਪਿਓਰ ਰਾਜਨ ਵਾਲਾ ਕਬੂਤਰ ਹੈ ਜੀ,
ਬਹੁਤ ਹੀ ਜ਼ਿਆਦਾ ਮਤਲਬ ਵਧੀਆ ਬੱਚੇ ਉੱਡਦੇ ਆ। ਕਿਲਾ ਰੈਪਰ ਇਹਦਾ ਪੱਠਾ ਉੱਡਿਆ ਹੀ ਹੈ ਇਸ ਵਾਰ, ਆਪਣੇ ਕਿਸੇ ਫਰੈਂਡ ਨੇ ਛੱਡਿਆ ਸੀ। ਇਹ ਕਬੂਤਰ ਮੈਨੂੰ ਮੇਰੇ ਕਿਸੇ ਦੋਸਤ ਨੇ ਦਿੱਤਾ ਜੀ ਬੱਚੇ ਕਢਾਉਣ ਨੂੰ। ਬਹੁਤ ਹੀ ਜ਼ਿਆਦਾ ਚਿਰ ਦੀ ਮੈਨੂੰ ਐਂ ਸੀਗਾ ਵੀ ਇਹ ਕਬੂਤਰ ਆਪਾਂ ਨੂੰ ਮਿਲੇ, ਐਸਾ ਸੀਜ਼ਨ ਆਪਾਂ ਨੂੰ ਮਿਲ ਗਿਆ ਅਤੇ ਉਹ ਬੱਚੇ ਕੱਢੇ ਇਹਦੇ ਵਿੱਚ। ਨਾਲ ਮਾਦੀ ਜਿਹੜੀ ਤੁਸੀਂ, ਇਹ ਮਾਦੀ ਜੀ ਆਪਣੇ ਹਜ਼ਾਰ ਵਾਲੇ ਕਬੂਤਰ ਦੀ ਵੱਡੇ ਦੀ ਪੱਠੀ ਹੈ। ਮੰਨ ਲਓ ਮੈਨੂੰ ਸਭ ਤੋਂ ਪਿਆਰੀ ਇਹ ਤਾਂ ਲੱਗਦੀ ਹੈ, ਇਹਦੀਆਂ ਅੱਖਾਂ ਬਹੁਤ ਜ਼ਿਆਦਾ ਅਤੇ ਇਹ ਹੱਥ ਨਾਲ ਪਾਲਿਆ ਸੀ ਮੈਂ ਬੱਚਾ, ਅਤੇ ਹੁਣ ਤਾਂ ਡਰਨ ਲੱਗ ਗਈ, ਬੱਚੇ ਬੁੱਚੇ ਕੱਢੇ ਆ। ਪਹਿਲਾਂ ਮੇਰੇ ਹੱਥ ਉੱਡ ਕੇ ਹੱਥ ਹੀ ਬਹਿ ਜਾਂਦੀ ਸੀ ਅੱਗ, ਅਤੇ ਉਹ ਟਹਿਲੇ ਵਾਲੇ ਕਬੂਤਰ ਨਾਲ ਲੱਗੀ ਹੈ। ਠੀਕ ਹੈ, ਹਾਂਜੀ ਲਓ ਜੀ, ਇਹ ਸਾਨੂੰ ਕਬੂਤਰ ਜਿੰਨੇ ਵੀ ਤੁਹਾਨੂੰ ਵਿਖਾਏ ਹੈ, ਬੜੀਆਂ ਨਸਲਾਂ ਵਿਖਾਈਆਂ ਅਸੀਂ, ਬਾਕੀ ਵੀ ਜਿੰਨੇ ਤੁਹਾਨੂੰ ਓਪਨਲੀ ਕਬੂਤਰ ਸਾਡੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹਨਾਂ ਦੀਆਂ ਹੀ ਨਸਲਾਂ, ਸਿਰਫ ਇੱਕੋ ਨਸਲ ਰਹਿ ਗਈ ਅਖੀਰ 'ਤੇ ਬੰਬ, ਉਹ ਤੁਹਾਨੂੰ ਵਿਖਾਉਣ ਜਾ ਰਹੇ
ਬਾਈ ਜੀ ਕਿਹੜੇ ਕਬੂਤਰ ਹੈ ਜੀ ਸਾਰੇ Thank you.
ਇਹ ਕਬੂਤਰ ਜੀ ਸਾਰੇ ਪੰਜਾਬ ਦੇ ਵਿੱਚ ਨਸਲ ਮਸ਼ਹੂਰ ਹੋਈ ਹੈ ਕਾਕੇ ਕਿਲੇ ਵਾਲੀ ਜਿਹੜੇ ਡੱਬੇ ਕਬੂਤਰ ਮਸ਼ਹੂਰ ਹੋਏ ਸੀ ਇਹ ਕਬੂਤਰ ਮੈਨੂੰ ਪੋਪਲ ਭਲਵਾਨ ਬਾਈ ਸਾਡਾ ਫਰੀਦਕੋਟ ਉਹਨਾਂ ਨੇ ਗਿਫਟ ਕੀਤਾ ਸੀਗਾ ਅੱਜ ਤੋਂ 6 ਸਾਲ ਪਹਿਲਾਂ ਮੈਂ ਬਾਈ ਕੋਲ ਗਿਆ ਸੀ ਬੱਚਾ ਸੀ ਜਿਹੜਾ ਮੇਰੇ ਅਵਲ ਖਰਾ ਨੇ 2 ਜਿੱਤੇ ਸੀ ਉਹ 'ਚ ਇੱਕ ਇਹਦਾ ਬੱਚਾ ਜਿੱਤਿਆ ਇਹ ਬਹੁਤ ਪੁਰਾਣੀ ਨਸਲ ਹੈ ਬਹੁਤ ਵਧੀਆ ਬੱਚੇ ਉੱਡਦੇ ਇਹਦੇ ਤਕਰੀਬਨ ਮੈਂ ਇਹਦੇ ਬੱਚੇ ਰੱਖ ਲੈਂਦਾ ਹੁੰਦਾ ਜੀ ਬਾਜ਼ੀਆਂ ਘੱਟ ਛੱਡ ਥੋੜ੍ਹਾ ਜ਼ੂਮ ਕਰੋ ਜੀ ਇਹਦੀਆਂ ਅੱਖਾਂ ਇਹ ਬਰੜਾ ਕਬੂਤਰ ਹੈ ਜੀ ਜੀ ਦੋਨੇ ਪਾਸੇ ਦਿਖਾ ਦਿਓ ਜੀ ਬਰੜਾ ਨੇ ਟੀਰਾ ਵੀ ਹੈ ਜੀ ਨਾਲ ਥੋੜ੍ਹਾ ਜਿਹਾ ਕਬੂਤਰ ਟੀਰਾ ਵੀ ਆ ਇਹਨੇ ਅੱਜ ਤੱਕ ਆਪਦੇ ਵਰਗਾ ਇੱਕੋ ਹੀ ਬੱਚਾ ਕੱਢਿਆ ਉਹ ਮੈਂ ਆਪਦੇ ਉਸਤਾਦ ਜੀ ਨੂੰ ਗਿਫਟ ਕਰਿਆ ਸੀਗਾ ਜਿੱਦੇ ਨਿਕਲਿਆ ਸੀ ਉੱਦਾਂ ਹੀ ਕਹਿਤਾ ਸੀ ਉਹਨਾਂ ਨੂੰ ਜੀ ਜਮਾਂ ਕਾਪੀ ਹੈ ਇਹਦੀ ਦੋਵਾਂ ਦੀ ਸਿਆਣ ਨਹੀਂ ਆਉਂਦੀ ਬਾਕੀ ਇਸ ਖੁੱਡੇ ਦੇ ਵਿੱਚ ਆਹ ਕਬੂਤਰ ਹੈ ਜੀ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਜੀ ਪਿਓਰ ਪੁੰਨੂ ਵਾਲਾ ਕਬੂਤਰ ਹੈ ਥੱਲੇ ਲੌਂਸ ਹੈ ਇਹਦੇ ਪੂੰਝੇ 'ਚ ਖੱਟੀਆਂ ਅੱਖਾਂ ਡੱਬੀ ਨੋਕ ਹੈ ਇਹ ਜੀ ਰੇਅਰ ਕਬੂਤਰਾਂ ਵਿੱਚੋਂ ਕਬੂਤਰ ਹੈ ਇਹ ਉੱਥੇ ਸਰਦਾਰ ਜੀ ਮੈਂ ਜੀ 2006 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ 2005 ਦੇ ਵਿੱਚ ਮੈਂ 15 ਸਾਲਾਂ ਦਾ ਸੀਗਾ ਜੀ ਮੈਂ ਆਪਦੇ ਤਾਇਆ ਜੀ ਨੂੰ ਲੈ ਕੇ ਫੁੱਫੜ ਜੀ ਕੋਲ ਗਿਆ ਸੀ ਜੀ ਚੱਕ ਬਾਦਲ ਉਦੋਂ ਮੈਨੂੰ ਉਹਨਾਂ ਨੇ ਜੋੜੀ ਦਿੱਤੀ ਸੀ ਇਹ ਉਸ ਜੋੜੀ ਦਾ ਪੱਠਾ ਜਮਾਂ ਡਾਇਰੈਕਟ ਉਹਨਾਂ ਦੇ ਘਰੋਂ ਆਈ ਵੀ ਜੋੜੀ ਦੋ ਕਬੂਤਰ ਹਜੇ ਵੀ ਫਿਰਦੇ ਆ ਜਿਹੜੇ ਉਹਨਾਂ ਦੇ ਘਰੋਂ ਆਏ ਸੀ ਅਤੇ ਮੇਰੇ ਕੋਲ ਜਿਉਂਦੇ ਆ ਜੀ ਉਦੋਂ ਮੈਨੂੰ ਕਬੂਤਰ ਮੇਰੇ ਬਠਿੰਡੇ ਰੱਖੇ ਹੁੰਦੇ ਸੀ ਉੱਥੇ ਲੱਕੇ ਹੁੰਦੇ ਸੀ ਵਿੱਚ ਹੀ ਉੱਡਣ ਵਾਲੇ ਇਹ ਉਦੋਂ ਦੇ ਕਬੂਤਰ ਮੇਰੇ ਨਾਲ ਹੀ ਤੁਰੇ ਆਏ ਸੰਭਾਲ ਕੇ ਰੱਖੇ ਆਪਾਂ ਇਹਦੇ ਵਿੱਚ ਜੀ ਆਹ ਕਬੂਤਰ ਆਪਣੀ 3200 ਵਾਲੀ ਬਾਜੀ ਸੀਗੀ ਪਿੰਡ ਪੱਖੀ ਜੀ ਹਾੜ ਦੇ ਵਿੱਚ ਐਤਕੀ ਜਿੱਤੀ ਆਪਣੀ ਕਾਕੇ ਵਾਲਿਆਂ ਦੀ ਇਹ ਵੀ ਜਿਹੜੇ ਮੋਤੀ ਵੱਜਦੇ ਸੀ ਇਹ ਮੇਰੇ ਉਸਤਾਦ ਜੀ ਤੋਂ ਕਬੂਤਰ ਆਇਆ ਸੀ ਅਤੇ ਕਬੂਤਰੀ ਵੀ ਉਹਨਾਂ ਤੋਂ ਹੀ ਆਈ ਸੀ ਉਹਦੀ ਪੱਠੀ ਹੈ ਇਹ ਡੱਬੇ ਕਬੂਤਰ ਨਾਲ ਬੱਚੇ ਕਰਦੀ ਹੈ ਆਹ ਜੀ ਦਿਆਲਾ ਲਓ ਜੀ ਥੋੜ੍ਹੀ ਜਿਹੀ ਉੱਧਰ ਵੀ ਘੁੰਮ ਫੜ ਕੇ ਦਿਖਾਓ ਜੀ ਥੋੜ੍ਹਾ ਜਿਹਾ ਦਿਆਲੇ ਵਾਲੇ ਜਿਹੜੇ ਦੱਸਦੀ ਇਹ ਦਿਆਲਾ ਜੀ ਪਿੰਡ ਬਗਰਾੜੀ ਦਾ ਇੱਕ ਬੰਦਾ ਸੀ ਜੀ ਉਹਦਾ ਨਾਮ ਸੀ ਦਿਆਲਾ ਜੀ ਉਹਦੀ ਬਰੀਡ ਮਸ਼ਹੂਰ ਹੋਈ ਸੀ ਜਿੱਥੋਂ 1000 ਵਾਲੇ ਕਬੂਤਰ ਬਣੇ ਸੀ ਜੀ ਪਰ ਉਹ ਦਿਆਲੇ ਕੋਲ ਕਬੂਤਰ ਸੀ ਜਿਹੜੇ ਆਮ ਸ਼ਾਹ ਆਖੇ ਸੀ ਜ਼ਿਆਦਾ ਉੱਡਦੇ ਸੀ ਜੀ ਇਹ ਕਬੂਤਰ ਉਸ ਬਰੀਡ ਦਾ ਇਹਦੀ ਭੈਣ ਉੱਧਰ ਪਰਤੇ ਆਪਣੇ ਕੋਲੇ ਕਿਵੇਂ ਪਹੁੰਚਿਆ ਇਹ ਕਬੂਤਰ ਇਹ ਜੀ ਜਸਵੀਰ ਬਾਦਲ ਤੋਂ ਕਬੂਤਰ ਆਇਆ ਹੋਇਆ ਜੀ ਆਪਣੇ ਕੋਲੇ
ਉਹਨਾਂ ਦੇ ਘਰੋਂ ਆਇਆ ਹੋਇਆ ਘਰੋਂ ਆਇਆ ਹੋਇਆ ਕਬੂਤਰ ਹੈ ਜੀ ਇਹ ਜੀ ਜਸਵੀਰ ਬਾਦਲ ਮੋਹਨ ਸਿੰਘ ਬਾਦਲ ਦੋਵੇਂ ਮੇਰੇ ਫੁੱਫੜ ਜੀ ਸੀਗੇ ਜੀ ਇੱਥੋਂ ਤੱਕ ਕਿ ਜਿਹੜੇ ਸਰਦਾਰ ਮੋਹਨ ਸਿੰਘ ਬਾਦਲ ਸੀਗੇ ਉਹਨਾਂ ਦੀ ਜਿਹੜੀ ਸਾਰੀ ਉਮਰ ਦੀ ਆਪਦੀ ਕਮਾਈ ਸੀ ਗੇਮ ਵਗੈਰਾ ਉਹ ਵੀ ਮੈਂ ਤੁਹਾਨੂੰ ਦਰਸ਼ਨ ਕਰਾਊਂਗਾ ਉਹਨਾਂ ਨੇ ਆਪਦੀ ਡੈਰੀ ਵੀ ਮੈਨੂੰ ਭੂਆ ਜੀ ਨੇ ਉਹਨਾਂ ਦੀ ਡੈਥ ਤੋਂ ਬਾਅਦ ਦੇ ਦਿੱਤੀ ਸੀ ਜੀ ਇਹ ਕਬੂਤਰ ਉੱਥੋਂ ਆਇਆ ਸੀਗਾ ਜੀ ਇਹਦੇ ਬੱਚੇ ਵੀ ਬਹੁਤ ਚੰਗੇ ਹੋਣਗੇ ਆਹ ਕਬੂਤਰੀ ਹੈ ਜੀ ਮੀਰਾ ਇਹ ਆਪਣੀ ਠਾੜ ਦੇ ਵਿੱਚ ਹੀ ਪਿੰਡ ਹਰਗੇ ਵਾਲਾ 3200 ਵਾਲੀ ਬਾਜੀ ਜਿੱਤੀ ਸੀ ਇਹ ਜਿਹੜਾ ਆਪਾਂ ਉੱਧਰ ਗੁਲਾਬੀ ਸਿਰ ਵਾਲਾ ਸ਼ਾਹ ਕਬੂਤਰ ਦੇਖਿਆ ਉਹਦੀ ਪੱਟੀ ਹੈ ਉਸ ਕਬੂਤਰ ਦੀ ਪੱਟੀ ਬਹੁਤ ਜ਼ਿਆਦਾ ਚੰਗੀ ਉੱਡੀ ਸੀ ਇਹ ਵੀ ਆਪਾਂ ਬਾਜੀ ਛੱਡੀ ਕਿਤੇ ਬਾਜੀ ਹਰਗੇ ਵਾਲੇ 3200 ਵਾਲੀ ਬਾਜੀ ਸੀ ਜੀ ਠਾੜ ਕਲੱਬ ਦੀ ਜੀ ਉੱਥੇ ਜਿੱਤੀ ਸੀ ਉੱਥੇ ਜਿੱਤ ਕੇ ਸੀ 3 ਸਾਲ ਪਹਿਲਾਂ ਦੀ ਗੱਲ ਹੈ ਜੀ ਆਹ ਕਬੂਤਰ ਜੀ ਇੱਕ ਕਬੂਤਰ ਮਸ਼ਹੂਰ ਹੋਏ ਆ ਪਿੰਡ ਪੁੱਚੋ ਸ਼ਹਿਰ ਦੇ ਵਿੱਚੋਂ ਭੂੜੇ ਸਿੱਖ ਵਾਲੇ ਜੀ ਆਮ ਤੌਰ 'ਤੇ ਉਹ ਕਬੂਤਰਾਂ ਬਾਰੇ ਬਾਹਲਾ ਨਹੀਂ ਪਤਾ ਪਰ ਬਹੁਤ ਜ਼ਿਆਦਾ ਚੰਗੇ ਕਬੂਤਰ ਸੀਗੇ ਮੇਰੇ ਹਿਸਾਬ ਨਾਲ ਬਾਈ ਗੁਲਜਾਰ ਕੋਲ ਵੀ ਉਹ ਕਬੂਤਰ ਗਏ ਆ ਜੀ ਆਹ ਉਹਨਾਂ ਦਾ ਕਬੂਤਰ ਹੈ ਜੀ ਇਹ ਪਿਓਰ ਬਰੀਡ ਇਹਦੇ ਗਰਦਨ 'ਤੇ ਰੰਗ ਲੱਗਿਆ ਵੈਸੇ ਲਾਲ ਸਿਰ ਇਹਦਾ ਲਾਲ ਪੂੰਜਾ ਲਾਲ ਪੂੰਜਾ ਰੰਗ ਲੱਗਿਆ ਮੰਨ ਲਓ ਧੰਨੇ ਵਾਲੀ ਬਰੀਡ ਆ ਪਿੱਛੋਂ ਜ਼ੂਮ ਅੱਖ 'ਤੇ ਜ਼ਰੂਰ ਕਰੋ ਜੀ ਕਬੂਤਰ ਦੇ ਵੈਸੇ ਲਾਲਚੀਨਾ ਕਬੂਤਰ ਹੈ ਜੀ ਇਹ ਦੱਸਦੀ ਹੈ ਤੁਹਾਨੂੰ ਰੰਗ ਲੱਗੇ ਇਹਦੇ ਕਾਰਨ ਇਹ ਦਿਸ ਨਹੀਂ ਰਿਹਾ ਲਾਲਚੀਨਾ ਜੀ ਇਹ ਸਿਰ 'ਤੇ ਆ ਇਹਦੇ ਸਿੱਟ ਹੈ ਇੱਧਰ ਕਾਫੀ ਬੁਖਾਰ ਆ ਤੁਹਾਨੂੰ ਦਿਸ ਰਹੇ ਹੋਣਗੇ ਸ਼ਾਇਦ ਅਗਲਾ ਜੀ ਅੱਜ ਕੱਲ੍ਹ ਥੋੜ੍ਹਾ ਜਿਹਾ ਕਰੇਜ਼ ਚੱਲਿਆ ਰਾਜਨ ਵਾਲੇ ਬਲੱਡ ਦਾ ਜੀ ਮੰਨ ਲਓ ਰਾਜਨ ਮਰੇ ਨੂੰ ਬਹੁਤ ਚਿਰ ਹੋ ਗਿਆ ਜੀ ਬੈਣੀਵਾਲ ਤੋਂ ਸੀਗਾ ਆ ਪਿਓਰ ਰਾਜਨ ਵਾਲੀ ਮਦੀਨ ਜੀ ਸਾਡਾ ਵੀਰ ਆ ਬੱਗਾ ਮੋੜ ਜੀ ਜੌਣੇ ਮੋੜ ਬੱਲੂ ਮੋੜ ਦੇ ਬਾਈ ਦੇ ਪਿੰਡ ਦਾ ਉਹਨੇ ਆਪਾਂ ਨੂੰ ਗਿਫਟ ਕੀਤੀ ਆ ਜੀ ਜਮਾਂ ਪਿਓਰ ਕਬੂਤਰ ਹੈ ਜੀ ਉਹਨਾਂ ਕੋਲ ਬਹੁਤ ਚੰਗੇ ਕਬੂਤਰ ਹੈ ਅਤੇ ਆਹ ਮਦੀਨ ਆਪਾਂ ਉਹਨਾਂ ਤੋਂ ਲਿਆਂਦੀ ਇਹ ਰਾਜਨ ਵਾਲਿਆਂ ਦੀ ਆ ਪਿਓਰ ਜਮਾਂ ਬਹੁਤ ਮਤਲਬ ਕਰੇਜ਼ ਆ ਅੱਜ ਕੱਲ੍ਹ ਇੱਕ ਮੰਡਾਰੀ ਵੀਰੋ ਤੁਹਾਨੂੰ ਕਾਫੀ ਕਰੇਜ਼ ਆ ਜੀ ਰਾਜਨ ਵਾਲੇ ਕਬੂਤਰਾਂ ਦਾ ਰਾਜਨ ਵਾਲੀ ਵੀ ਨਸਲ ਹੈ ਜਿਹੜੀ ਤੁਹਾਨੂੰ ਵਿਖਾ ਰਹੀ ਹੈ ਸਿਰ ਦੇ ਵਿੱਚ ਇਹਦੇ ਲਾਲ ਸਿੱਟ ਹੈ ਅਤੇ ਇਹ ਸਾਰੇ ਹੀ ਰਾਜਨ ਵਾਲੇ ਜਿਹੜੇ ਲਾਲ ਸਿੱਟ ਕੱਢਦੇ ਆ ਨਹੀਂ ਬਾਈ ਜੀ ਇਹ ਸ਼ਾਹ ਅੱਖੇ ਵੀ ਕੱਢੇ ਜਾਂਦੇ ਆ ਅੱਖੇ ਵੀ ਹਾਂਜੀ ਪਰ ਜ਼ਿਆਦਾ ਮਤਲਬ ਪਹਿਚਾਣ ਇਹਨਾਂ ਦੀ ਆ ਜਾਂਦੀ ਹੈ ਜੀ ਅਗਲਾ ਕਬੂਤਰ ਜੀ ਬਲਵੀਰ ਗੋਸਲ ਜੀ ਜਿਹੜਾ ਰਾਜਨ ਵਾਲੇ ਕਬੂਤਰਾਂ ਦਾ ਬਾਦਸ਼ਾਹ ਕਹਿ ਦਿਓ ਵੀ ਸਭ ਤੋਂ ਪਿਓਰ ਕਬੂਤਰ ਉਹਦੇ ਕੋਲ ਆ ਜੀ ਆ ਉਹ ਭਰਾ ਨੇ ਆਪਾਂ ਨੂੰ ਗਿਫਟ ਕੀਤਾ ਜੀ ਪਿਓਰ ਰਾਜਨ ਵਾਲਾ ਕਬੂਤਰ ਹੈ ਇਹਦਾ ਕੁਛ ਭਾਈ ਬਾਈ ਤਾਰੀ ਹੋਰਾਂ ਕੋਲ ਵੀ ਗਏ ਆ ਲੀਲਾ ਵਾਲਿਆਂ ਕੋਲ ਜੀ ਇਹਨੂੰ ਵੀ ਪੂਰਾ ਜੂਮ ਕਰਕੇ ਰਾਜੂ ਜੀ ਦਿਖਾਓ ਜੀ ਕਬੂਤਰ ਨੂੰ ਇਹਦੀਆਂ ਸਭ ਤੋਂ ਪਹਿਲਾਂ ਦਾ ਦਿਖਾਓ ਅੱਖਾਂ ਉਸ ਤੋਂ ਬਾਅਦ ਇਹਦੀ ਜਿਹੜੀ ਮੋਮੀਆਂ ਚੜ੍ਹ ਜਾ ਜੀ ਜਿਹੜੇ ਪੰਜੇ ਹੈ ਥੋੜ੍ਹਾ ਜਿਹਾ ਸ਼ਾਇਦ ਇੱਥੇ ਬਰਸਾਤ ਦੇ ਕਾਰਨ ਬਰਸਾਤ ਹੋਈ ਸੀ ਪੰਜਿਆਂ 'ਤੇ ਮਿੱਟੀ ਲੱਗੀ ਹੋਈ ਹੈ ਥੋੜ੍ਹੀ ਜਿਹੀ ਕਿਉਂਕਿ ਕਾਫੀ ਬਰਸਾਤ ਹੋਈ ਸੀ ਅੱਜ ਤੋਂ ਇਸੇ ਕਰਕੇ ਜਿਹੜਾ ਪਹਿਲਾਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਅਗਲਾ ਕਬੂਤਰ ਹੋਰ ਤੁਹਾਨੂੰ ਆ ਜੀ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਜਿਹੜੀ ਉਹਨਾਂ ਨੇ ਮੈਨੂੰ ਆਪਦੇ ਹੱਥ ਨਾਲ ਦਿੱਤੀ ਸੀ ਜਦੋਂ ਮੈਂ 15 ਸਾਲਾਂ ਦਾ ਸੀ ਜੀ ਇਹ ਬੁੱਢੀ ਹੋ ਚੁੱਕੀ ਹੈ ਪਰ ਅੱਜ ਵੀ ਬੱਚੇ ਕੱਢਦੀ ਹੈ ਇਹਦੀ ਨੌਂਦਰ ਵੱਡੀ ਹੋਈ ਹੈ ਉਸੇ ਕਬੂਤਰ ਨਾਲ ਬੱਚੇ ਕੱਢਦੀ ਜਿਹੜਾ ਉਹਨਾਂ ਵਾਲੀ ਜੋੜੀ ਦਾ ਪੱਠਾ ਪਹਿਲਾਂ ਵਿਖਾਇਆ ਜੀ 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 ਲਓ ਜੀ ਆਹ ਵੀ ਦਿਖਾਓ ਬੜੀ ਚੰਗੀ ਤਰ੍ਹਾਂ ਦਿਖਾਓ ਜੀ ਇਹਨਾਂ ਦੀ ਆਹ ਜੋੜੀ ਹੈ ਇਹ ਜੋੜਾ ਲੱਗਿਆ ਹੋਇਆ ਜੀ ਇਹ ਕਬੂਤਰ ਫਿਰ ਤੁਸੀਂ ਕਿੱਥੋਂ ਲੈ ਕੇ ਆਉਂਦਾ ਇਹ ਜੀ ਜਿਹੜਾ ਸਰਦਾਰ ਜੀ ਨੇ ਮੈਨੂੰ ਜੋੜਾ ਦਿੱਤਾ ਸੀ ਉਹਦਾ ਪੱਠਾ ਉਹਨਾਂ ਦਾ ਪੱਠਾ ਆਹ ਕਬੂਤਰੀ ਦਿੱਤੀ ਸੀ ਜੋੜੀ ਸੀ ਉਸ ਇੱਕ ਆਹ ਕਬੂਤਰੀ ਸੀ ਉਹ ਜੋੜੀ ਦਾ ਆਪ ਪੁੱਤ ਹੈ ਠੀਕ ਹੈ ਇਹਦਾ ਬੱਚਾ ਆ ਬੈਠਾ ਆਹ ਜੋੜੀ ਦਾ ਬੱਚਾ ਜੀ ਬੜਾ ਨਟਖਟ ਜਿਹਾ ਬੱਚਾ ਕੱਢਿਆ ਜੀ ਸਿਰ ਦੇ ਵਿੱਚ ਦੇਖੋ ਇਹਦੇ ਟੋਆ ਪੂਰਾ ਬਹੁਤ ਬੜੀ ਲੰਬੀ ਹੈ ਜੀ ਦੇਖੋ ਤੁਸੀਂ ਨੋਟ ਕਰਨ ਵਾਲੀ ਚੀਜ਼ ਹੈ ਕਾਫੀ ਲੰਮੀ ਹੈ ਜੀ ਬੱਚੇ ਦੀ ਦੂਜਾ ਆ ਸੀ ਇਹਦਾ ਭਾਈ ਅਤੇ ਦੂਜਾ ਬੱਚਾ ਵੀ ਆਪਾਂ ਦੇਖਦੇ ਹਾਂ ਵੀ ਵਿੱਚੋਂ ਜਿਵੇਂ ਲੰਮੀ ਹੈ ਜਾਂ ਉਵੇਂ ਹੈ ਜੀ ਲੰਮੀ ਹੈ ਚੁੰਝ ਦੇਖੋ ਅੱਖਾਂ ਸਾਫ਼ ਨਹੀਂ ਹੋਈਆਂ ਜੀ ਹਲੇ ਥੋੜ੍ਹੀਆਂ ਆ ਜੀ ਜੰਟੇ ਵਾਲੀ ਨਸਲ ਜੀ ਜਿਹੜੀ ਸਾਰੇ ਖੁੱਡਿਆਂ 'ਚ ਹੈਗੀ ਹੈ ਜੀ ਜੀ ਅਤੇ ਇਹ ਜੰਟੇ ਬਾਈ ਨੇ ਕਬੂਤਰ ਇੱਕ ਕੀਪੇ ਬਾਈ ਕੋਲ ਆ ਕੇ ਮਸ਼ਹੂਰ ਹੋਇਆ ਸੀ ਗੱਡਾ ਜੀ ਗੱਡਾ
ਇਹ ਗੱਡੇ ਦਾ ਇੱਕ ਭਰਾ ਸੀ ਉਹਨਾਂ ਕੋਲੇ ਕੀਪੇ ਬਾਈ ਕੋਲੇ ਸ਼ਾਹ ਅੱਖਾ ਇਹ ਮੈਨੂੰ ਬਾਈ ਕੀਪੇ ਨੇ ਦਿੱਤਾ ਸੀ ਜੋਨੀ ਰੱਥੜੀ ਵਾਲੇ ਨੇ ਦਵਾਇਆ ਸੀ ਇਹ ਉਹਦਾ ਬੱਚਾ ਗੱਡੇ ਦੇ ਭਰਾ ਦਾ ਸ਼ਾਹ ਅੱਖੇ ਦਾ ਤੇ ਵੀਰੇ ਵਾਲੇ ਛੱਡਿਆ ਸੀ ਮੈਂ ਉੱਡਿਆ ਬਹੁਤ ਸੀਗਾ ਆਪਦੀ ਗਲਤੀ ਨਾਲ ਹਰਾ ਲਿਆ ਸੀ ਜ਼ੋਰ ਬਹੁਤ ਲਾਇਆ ਪਰ ਇਹਦੇ ਬੱਚੇ ਬਹੁਤ ਉੱਡਦੇ ਆ ਇਹ ਪਿਓਰ ਜੰਟੇ ਵਾਲਾ ਕਬੂਤਰ ਆ ਜਿਹੜਾ ਆਪਣੇ ਖੁੱਡੇ ਚ ਆਪਾਂ ਕਹਿ ਸਕਦੇ ਹਾਂ ਸਰਦਾਰ ਗੁਰਜੰਟ ਸਿੰਘ ਆਲਮਾ ਉਹਨਾਂ ਦਾ ਇਹ ਜਿਹੜਾ ਕਬੂਤਰ ਆ ਜੋ ਖਾਸ ਆਸਾਨੀ ਤੁਹਾਨੂੰ ਜਿਹੜੀ ਹੈਗੀ ਦੱਸਦੇ ਹਾਂ ਆਹ ਦੇਖੋ ਲੌਂਸ ਇੱਕ ਅੱਧਾ ਖੰਭ ਜਾਂ ਵਿੱਚ ਤੁਹਾਨੂੰ ਦਿਸ ਰਿਹਾ ਲੌਂਸ ਬੋਲਦੇ ਆ ਇਹਨੂੰ ਆ ਇੱਥੇ ਕਾਲਾਪਨ ਦਿਖਾਈ ਦੇਊਗਾ ਗੁਰਜੰਟ ਸਿੰਘ ਆਲਮਾਣਾ ਜੀ ਦੇ ਕਬੂਤਰਾਂ ਦੇ ਅਤੇ ਆਹ ਖੱਟੀਆਂ ਅੱਖਾਂ ਨੋਕ ਜਿਹੜੀ ਆ ਦੇਖੋ ਮਾੜੀ ਜੀ ਮੂਹਰੋਂ ਕਾਲੀ ਵੀ ਆ ਇਹਦੀ ਮਾਂ ਫੁੱਲੋ ਵਾਲੇ ਕਬੂਤਰਾਂ ਚੋਂ ਸੀਗੀ ਬਾਈ ਕੀਪੇ ਨੇ ਮੈਨੂੰ ਦੱਸਿਆ ਅੱਗੇ ਹੋਰ ਵੀਰ ਨੇ ਇੱਕ ਨਰ ਫੜਿਆ ਇਹ ਕਿਹੜਿਆ ਚੋਂ ਹੈ ਜੀ ਇਹ ਜੀ ਸਰਦਾਰ ਜਸਵੀਰ ਬਾਦਲ ਦੇ ਕਬੂਤਰ ਮਸ਼ਹੂਰ ਹੋਏ ਸੀ ਸੇਮੇ ਵਾਲੇ ਜੀ ਇਹਦਾ ਬਾਪ ਸੇਮੇ ਵਾਲਾ ਜਿਹੜਾ ਵੱਡਾ ਕਬੂਤਰ ਸੀਗਾ ਉਹ ਸਮਾਲਸਰ ਵਾਲਿਆਂ ਕੋਲੇ ਰਿਹਾ ਸੀ ਕੁਛ ਚਿਰ ਕੁੱਕੂ ਖਾਲਸਾ ਜੀ ਕੋਲੇ ਜੀ ਇਹ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀਗਾ ਜਮਾਂ ਸਿਰੋਂ ਸੇਮੇ ਵਾਲੇ ਦਾ ਪੁੱਤ ਆ ਸ਼ਾਹ ਅੱਖਾਂ ਇਹ ਉਹ ਰਾਜਨ ਵਾਲੀ ਕਬੂਤਰੀ ਨਾਲ ਲੱਗਿਆ ਹੋਇਆ ਕਿਹੜੀ ਮਿਸ ਪਾਈ ਆ ਪਰ ਇਹ ਜਸਵੀਰ ਬਾਦਲ ਜਿੰਨੇ ਵੀ ਤੁਹਾਡੇ ਕਬੂਤਰ ਆ ਖੁੱਡੇ ਦੇ ਵਿੱਚ ਹਾਂਜੀ ਆਪਾਂ ਸ਼ੁਰੂਆਤ ਜਿਹੜੀ ਕੀਤੀ ਜੀ ਇੱਕ ਨੰਬਰ ਖੁੱਡੇ ਤੋਂ ਕੀਤੀ ਆ ਇਹਦੇ ਵਿੱਚ ਜਿਹੜੀਆਂ ਜੋੜੀਆਂ ਲੱਗੀਆਂ ਹੋਈਆਂ ਇਹਦੇ 'ਚ ਜੋੜੀਆਂ ਲੱਗੀਆਂ ਇਹ ਤਾਂ ਮੈਨੂੰ ਲੱਗਦਾ 6 ਜੋੜੀਆਂ ਕਿ 7 ਹੈ ਬਸ ਜੀ ਮੈਂ ਕਿੱਡਾ ਹੀ ਖੁੱਡਾ ਹੋਵੇ 7 ਤੋਂ ਵੱਧ ਜੋੜੀਆਂ ਨਹੀਂ ਲਾਉਂਦਾ ਜੀ ਇਹਨਾਂ ਵਿੱਚ ਉਹੀ ਜੋੜੀਆਂ ਲੱਗੀਆਂ ਜਿਹੜੀਆਂ ਆਏ ਸਾਲ ਇੱਥੇ ਬੱਚੇ ਕੱਢਦੀਆਂ ਅਤੇ ਪੱਕੀਆਂ ਹੀ ਮਿਲੀਆਂ ਕਿਉਂਕਿ ਥੋੜ੍ਹਾ ਜਿਹਾ ਬਰੀਡਿੰਗ ਕਰਕੇ ਆਪਾਂ ਨੂੰ ਵਹਿਮ ਨਹੀਂ ਰਹਿੰਦਾ ਕੋਈ ਵੀ ਮਿਸ ਨਾ ਪਵੇ ਇਹ ਸਾਰੇ ਕੋਈ ਹੋਰ ਇਸ ਦੇ ਵਿੱਚ ਵਧੀਆ ਕਬੂਤਰ ਰਹਿੰਦਾ ਹੋਵੇ ਜਾਂ ਆਪਾਂ ਅਗਲੇ ਖੁੱਡੇ ਵੱਲ ਚੱਲੀਏ ਅਗਲੇ ਚੱਲਦੇ ਹਾਂ ਜੀ ਬਸ ਲਓ ਜੀ ਹੁਣ ਆਪਾਂ ਚੱਲਦੇ ਹਾਂ ਅਗਲੇ ਖੁੱਡੇ ਦੇ ਵੱਲ ਆ ਜਾਓ ਹਾਂਜੀ ਵੀਰ ਜੀ ਹੁਣ ਇੱਕ ਬਾਈ ਲੈ ਕੇ ਆਇਆ ਬੰਬ ਅਤੇ ਕਿੱਥੇ ਕਿੱਥੇ ਚੱਲਿਆ ਬਾਈ ਜੀ ਇਹ ਬੰਬ ਆਪਣਾ ਇਹ ਜੀ ਚੱਕ ਬਾਦਲ ਉਹ ਸਟਾਰਟ ਹੋਇਆ ਸੀਗਾ ਜੀ ਅਤੇ ਕਈ ਏਰੀਆਂ 'ਚ ਚੱਲਿਆ ਜੀ ਬਹੁਤ ਹੀ ਵਧੀਆ ਨਸਲ ਸੀ ਬੰਬ ਇਹਨਾਂ ਦਾ ਨਾਂ ਤਾਂ ਰੱਖਿਆ ਸੀਗਾ ਵੀ ਉੱਡੇ ਫਿਰਦੇ ਮਰਦੀ ਸੀ ਐਡੀ ਭੈੜੀ ਨਸਲ ਸੀ ਆਹ ਸਹੀ ਹਰੀਆਂ ਅੱਖਾਂ ਮੰਨ ਲਓ ਤੁਸੀਂ ਵੇਖ ਲਓ ਜ਼ੂਮ ਕਰਕੇ ਤੁਹਾਨੂੰ ਦਿਸਣਗੀਆਂ ਸਹੀ ਹਰੀਆਂ ਅੱਖਾਂ ਅਤੇ ਸਰਦਾਰ ਜੀ ਦੀਆਂ ਦੋ ਹੀ ਨਸਲਾਂ ਸੀਗੀਆਂ ਜੱਸੋਵਾਲ ਅਤੇ ਜਾਂ ਬੰਬ ਜਿਹੜੇ ਹਰੀਆਂ ਅੱਖਾਂ ਕੱਢਦੇ ਸੀ ਤਕਰੀਬਨ ਉਹ ਉਹਨਾਂ ਨੂੰ ਮੰਨ ਲਓ ਉਹ ਨਸਲਾਂ ਨੂੰ ਹੀ ਮੰਨਦੇ ਸੀਗੇ ਅਤੇ ਉਹ ਇਹੀ ਦੋ ਨਸਲਾਂ ਸੀ ਜਿਹੜੀਆਂ ਇਹ ਕੱਢਦੀਆਂ ਸੀਗੀਆਂ ਇਹ ਆਪਣੇ ਜਦੋਂ ਸਰਦਾਰ ਜੀ ਦੀ ਡੈਥ ਹੋਈ ਆ ਉਦੋਂ ਕਬੂਤਰ ਆਏ ਸੀ ਉਦੋਂ ਪਾਸੇ ਅਤੇ ਉੱਥੋਂ ਉਸਤਾਦ ਜੀ ਕੋਲ ਆਈ ਸੀ ਇਹ ਮਦੀਨ ਬੱਚਾ ਹੁੰਦਾ ਪਾਸੇ ਬਹਿਣ ਲੱਗ ਗਿਆ ਸੀ ਅਤੇ ਮੈਂ ਲਿਆਇਆ ਸੀਗਾ ਮੇਰੇ ਕੋਲ ਬਹੁਤ ਵਧੀਆ ਰਿਜ਼ਲਟ ਆ ਪਿਓਰ ਪ੍ਰੋਪਰ ਹਰੀਆਂ ਅੱਖਾਂ ਬਾਈ ਜੀ ਰਾਹੁਲ ਦਾ ਬੰਬ ਇੱਥੋਂ ਜਿਹੜੇ ਵੀਰਾ ਖੜੇ ਆ ਸਾਰੇ ਕਿਸੇ ਦੇ ਪਿੰਡ ਚੱਲਿਆ ਬੰਬ ਇਹ ਸੁਣਿਆ ਬਾਈ ਖੜਕਾ ਇਹਦਾ ਕਿ ਨਹੀਂ ਬੰਬ ਦਾ ਕੀ ਵਿਚਾਰ ਹੈ ਬੰਬ ਚੱਲਿਆ ਕਿ ਨਹੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਦੇ ਬੈਠ ਕੇ ਵਿਹਲੇ ਵਕਤ ਆਪਾਂ ਬਾਈ ਨਾਲ ਦੁਬਾਰਾ ਕਰਾਂਗੇ ਗੱਲਬਾਤ ਬਹੁਤ ਵਧੀਆ ਤੁਹਾਡੀਆਂ ਜਿਹੜੀਆਂ ਗੱਲਾਂ ਪਸੰਦ ਕੀਤੀਆਂ ਗਈਆਂ ਸਾਡੇ ਚੈਨਲ ਨੂੰ ਇੱਕ ਬੰਬ ਹੋਰ ਲਿਆ ਜੀ ਸੋਖਾ ਚੰਡੀਗੜ੍ਹ ਆ ਇਹ ਵੀ ਵੇਖ ਲਈਏ ਜੀ ਇਹ ਪਟਾਕਾ ਹੈ ਕਿ ਬੰਬ ਹੈ ਇਹ ਵੀ ਉਹ ਸੁੱਖਾ ਜੀ ਇਹ ਪਟਾਕਾ ਹੈ ਕਿ ਬੰਬ ਹੈ ਇਹ ਆ ਜੀ ਅਸਲ ਜੋਨੀ ਵਾਲਾ ਕਬੂਤਰ ਉਹ ਜੋਨੀ ਜੀ ਆਓ ਨੀਲਾ ਕਿੰਨੇ ਆ ਗਿਆ ਜੋਨੀ ਆਈ ਵੀ ਆਈ ਕਰਾ ਭਾਈ ਉਹ ਚਾਨਣਾ ਮੜਾ ਕਬੂਤਰ ਬਾਰੇ ਇਹ ਪਿਓਰ ਮੀਰਾ ਵਾ ਪਿਓਰ ਮੀਰਾ ਵਾ ਇਹ ਖੁੱਡੇ ਚੋਂ ਲਿਆਂਦਾ ਸੀ ਜਾਂ ਇਹ ਆਪਣੇ ਘਰੇ ਕੱਢਿਆ ਸੀ ਘਰੇ ਕੱਢਿਆ ਸੀ ਵਾਕਿਆ ਜੀ ਪਿਓਰ ਮੀਰਾ ਭਾਈ ਜੀ ਵਿਖਾਉਂਦੇ ਹਾਂ ਜਿਹੜੀ ਮੇਨ ਨਿਸ਼ਾਨੀ ਆ ਜਿੱਥੋਂ ਤੱਕ ਮੈਂ ਜਾਣਦਾ ਬਾਕੀ ਬਹੁਤ ਮਤਲਬ ਸੀਨੀਅਰ ਵੀਰ ਬੈਠੇ ਆ ਪਰ ਜਿੱਥੋਂ ਤੱਕ ਮੈਂ ਜਾਣਦਾ ਕਿ ਜਿਹੜੀ ਚੁੰਝ ਹੈ ਉਹੀ ਅੱਖਾਂ ਦੇ ਪਾਸੇ ਜਿਹੜਾ ਮਾਸ ਮੀਰਾ ਦੇ ਕਬੂਤਰਾਂ ਦੇ ਦੀਦਾ ਹੁੰਦਾ ਜੀ ਜ਼ੂਮ ਕਰਕੇ ਵਿਖਾਓ ਜੀ ਪੂਰਾ ਕਿਉਂਕਿ ਜਿਹੜੀ ਇਹਦੀ ਚੁੰਝ ਹੁੰਦੀ ਆ ਉਹੀ ਅੱਖਾਂ ਦੇ ਜਿਹੜਾ ਹੈਗਾ ਦੇਖੋ ਤੁਸੀਂ ਸਾਈਡ 'ਤੇ ਮਾਸ ਦਿਸੂਗਾ ਮੀਰਾ ਵਾਲਿਆਂ ਦਾ ਇਹ ਪਿਓਰ ਮੀਰਾ ਵਾਲਾ ਜੀ ਤੇ ਇਹਦੇ ਮਾਂ ਬਾਪ ਜੀ ਆਪਣੇ ਕੋਲੇ ਆ ਜੀ ਮਾਂ ਮਰ ਗਈ ਬਾਪ ਹੈਗਾ ਜੀ ਲਓ ਜੀ ਜੋਨੀ ਵੀਰ ਖਜ਼ਾਨੇ ਰੱਖੀ ਬੈਠਾ ਬੜੇ ਪੁਰਾਣੇ ਪੁਰਾਣੇ ਤੇ ਅੱਜ ਜਿਹੜਾ ਮੀਰ ਆਪ ਦਾ ਨਾਂ ਨੂੰ ਦੁਬਾਰਾ ਚਾਹੁੰਦਾ ਕੀਤਾ ਗਿਆ ਤੇ ਜੋਨੀ ਨੇ ਕੀਤਾ ਜੀ ਇਹ ਸੁੱਖਾ ਚੰਡੀਗੜ੍ਹੀਆ ਕੁਛ ਵੀਰ ਬੋਲ ਰਿਹਾ ਬਸ
ਇਹ ਆਪਣਾ ਕਬੂਤਰ ਹੈ ਜੀ, ਮੀਰ ਰਾਮ ਜੋਨੀ ਨੇ ਮੈਨੂੰ ਗਿਫਟ ਦਿੱਤਾ ਜੀ ਅੱਜ ਰਾਹੁਲ ਵੀਰ ਨੂੰ, ਰਾਹੁਲ ਵੀਰ ਨੇ ਮੰਗਾਇਆ ਜੀ, ਇਹਦੇ ਇਹਦਾ ਵੰਸ ਰਾਹੁਲ ਵੀਰ ਕੋਲ ਬਹੁਤ ਅਸੀਂ ਇਹਨੂੰ ਦੇਣ ਆਏ ਹੋ ਅੱਜ, ਬਹੁਤ ਬਹੁਤ ਧੰਨਵਾਦ ਜੀ, ਤਾੜੀਆਂ ਮਾਰ ਦਿਓ ਜੀ, ਵੀਰ ਕਬੂਤਰ ਦੇਣ ਆਇਆ, ਇਹ ਮੀਰਾ ਵਾਲਾ ਤਾਂ ਕੋਈ ਦਿੰਦਾ ਹੀ ਨਹੀਂ। ਆਹ ਸਰਦਾਰ ਮੋਹਨ ਸਿੰਘ ਦੇ ਖੁੱਡੇ 'ਚੋਂ ਜੀ ਕਬੂਤਰ ਡਾਇਰੈਕਟ ਆਇਆ ਹੋਇਆ, 15 ਸਾਲਾਂ ਭੂਰੇ ਵੱਜਦੇ ਸੀ ਜੀ ਪੁਰਾਣੇ ਬਾਬਾ ਭਾਗ ਸਿੰਘ, ਇਹ ਉਹਨਾਂ ਭੂਰਿਆਂ ਦਾ ਜਮਾਂ ਪਿਓਰ ਵੱਡਾ ਕਬੂਤਰ, ਕਾਫੀ ਏਜ ਹੈ ਇਸ ਕਬੂਤਰ ਦੀ ਪਰ ਬੱਚੇ ਕੱਢਦਾ। ਬਾਕੀ ਰੋਬਨ ਬਾਈ ਨੂੰ ਪਤਾ ਭੂਰਿਆਂ ਬਾਰੇ, ਆਓ ਜੀ ਚਾਨਣਾ ਰੋਬਨ ਜੀ, ਗਿੱਧੀ ਸੀਗਾ ਆਪਣੇ ਸੁੱਖਣ ਵਾਲੇ ਦਾ ਜੀ, ਝੀ ਸੀਗਾ ਗਿੱਧੀ ਜਾਣਦੀ ਹੈ ਸਾਰੇ, ਉਹਨਾਂ ਨੇ ਮੋਹਨ ਸਿੰਘ ਨੂੰ ਕੋਈ ਲਿਆ ਕੇ ਦਿੱਤੇ ਸੀਗੇ, ਇਹ ਜਿਹੜੇ ਰੱਤੇ ਵੀ ਕੱਢਦੇ ਸੀਗੇ ਭੂਰੇ ਕੱਢਦੇ ਸੀਗੇ, ਮੋਹਨ ਸਿੰਘ ਦਾ ਰੱਤੇ ਵੱਜਦੇ ਆ ਜੀ, ਇਹ ਉਹੀ ਸੀਗੇ ਉਹ ਏਰੀਏ 'ਚ ਭਾਗ ਅੰਕਲ ਦੇ ਰਹਿ ਗਏ ਸੀਗੇ ਜਿਵੇਂ ਪਾਸੇ ਪਿੰਡਾਂ 'ਚ, ਉਹ ਗਿੱਧੀ ਨੂੰ ਪਤਾ ਸੀਗਾ, ਫਿਰ ਗਿੱਧੀ ਨੇ ਮੋਹਨ ਸਿੰਘ ਨੂੰ ਲਿਆ ਕੇ ਦਿੱਤੇ ਸੀਗੇ, ਬਾਕੀ ਜ਼ਿਆਦਾਤਰ ਗਿੱਧੀ ਨੂੰ ਵੀ ਪਤਾ ਸੀ ਕਿੱਥੋਂ ਲਿਆ ਜਾਂਦਾ ਸੀ, ਉੱਡਦੇ ਬਹੁਤ ਸੀ। ਠੀਕ ਆ ਜੀ, ਅੱਜ ਦੇ ਲਈ ਇੰਨਾ, ਦੁਬਾਰਾ ਫਿਰ ਆਪਾਂ ਕਿਸੇ ਨਵੇਂ ਖਿਡਾਰੀ ਦੇ ਘਰੇ ਮਿਲਾਂਗੇ, ਅਤੇ ਜਾਂਦੇ ਜਾਂਦੇ ਵੀਡੀਓ ਜਿਹੜੀ ਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਧੰਨਵਾਦ ਜੀ।